IBS ਰਿਕਾਰਡਸ ਦਾ ਧਾਰਮਿਕ ਉਪਰਾਲਾ
ਕਹੋ ਆਪਣੇ ਹੀ ਮਨ ਕੋ I do fight.
ਪਿਆਰ ਵਿੱਚ ਸਹਿ
ਸਾਹਿਬਜ਼ਾਦਿਆਂ ਦੇ ਪਿਆਰ ਵਿੱਚ ਇੱਕ ਵਾਰੀ ਸਾਰੇ ਰਸਨਾ ਪਿੱਤਰ ਕਰੋ, ਗੱਜ ਕੇ ਆਖੋ ਜੀ ਸਤਨਾਮ। ਸਰਹੱਦ ਦੀਆਂ ਨੀਹਾਂ ਵਿੱਚ ਸਾਹਿਬਜ਼ਾਦਿਆਂ ਨੇ ਸਿੱਖੀ ਦੀ ਸਲਤਨਤ ਦਾ ਬੂਟਾ ਲਾਇਆ। ਸਵੇਰੇ ਵਿਚਾਰ ਹੋਈ ਸੀ ਇਹ ਦਾਤ ਮਾਤਾ ਗੁਜਰੀ ਕੋਲੋਂ ਉਹਨਾਂ ਨੂੰ ਝੋਲੀ ਚ ਪਈ। ਆਖੋ ਵਾਹਿਗੁਰੂ, ਰੋਜ ਭੇਜਦੇ ਨੇ ਮਾਤਾ ਗੁਜਰੀ ਕਚਹਿਰੀ ਚ, ਸਰਹੰਦ ਦੀ ਕਚਹਿਰੀ ਵਿੱਚ ਕਈ ਦਿਨ ਪੇਸ਼ੀ ਹੁੰਦੀ ਰਹੀ ਆ, ਕਿਉਂਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ ਉਹਨਾਂ ਵਾਸਤੇ ਵੀ ਸੌਖਾ ਨਹੀਂ ਸੀ। ਮੁਸਲਮਾਨਾਂ ਦੀ ਸ਼ਰਤ ਅਨੁਸਾਰ ਵੀ ਇੰਨੇ ਛੋਟੇ ਬੱਚਿਆਂ ਨੂੰ ਕਤਲ ਕਰਨਾ, ਉਹਨਾਂ ਦਾ ਧਰਮ ਵੀ ਇਜਾਜ਼ਤ ਨਹੀਂ ਦਿੰਦਾ। ਆਖੋ ਵਾਹਿਗੁਰੂ। ਪਰ ਸੁੱਚਾ ਆਨੰਦ ਤੇ ਕਈ ਹੋਰ ਕਾਜੀ ਇਹਨਾਂ ਬੱਚਿਆਂ ਨੂੰ ਛੱਡਣ ਦੇ ਹੱਕ 'ਚ ਨਹੀਂ ਸੀ। ਕਈ ਦਿਨ ਕਚਹਿਰੀ ਵਿੱਚ ਪੇਸ਼ੀਆਂ ਹੋ ਰਹੀਆਂ ਨੇ, ਰੋਜ਼ ਜਦੋਂ ਸਾਹਿਬਜ਼ਾਦੇ ਕਚਹਿਰੀ 'ਚ ਜਾਂਦੇ ਨੇ, ਮਾਤਾ ਗੁਜਰੀ ਜੀ ਪੂਰੀ ਗੁੜਤੀ ਦੇ ਕੇ ਤੋਰਦੇ ਆ। ਵੇਖਿਓ ਬੱਚਿਓ, ਤੁਸੀਂ ਗੁਰੂ ਤੇਗ ਬਹਾਦਰ ਦੇ ਪੋਤਰੇ ਹੋ, ਵੇਖਣਾ ਕਿਤੇ ਲਾਜ ਨਾ ਹੋਵੇ। ਰੋਜ਼ ਬੱਚੇ ਜਾਂਦੇ ਆ, ਕਈ ਕੌਤਕ ਵਰਤੇ ਨੇ ਕਚਹਿਰੀ ਵਿੱਚ। ਇਤਿਹਾਸ ਲਿਖਦਾ ਹੈ ਕਈ ਛੋਟੇ ਛੋਟੇ ਜ਼ਿਕਰ ਆਉਂਦੇ ਨੇ। ਇੱਕ ਦਿਨ ਤੇ ਕਚਹਿਰੀ ਖਾਸ ਕਰਕੇ ਜਿਹੜਾ ਸਰਹੰਦ ਦੀ ਕਚਹਿਰੀ ਦਾ ਵੱਡਾ ਗੇਟ ਸੀ ਉਹਦੇ ਪਰਲੇ ਬੰਨੇ ਬਾਹਰ ਲਾਈ ਗਈ, ਵੱਡਾ ਗੇਟ ਬੰਦ ਰੱਖਿਆ ਗਿਆ। ਇਹ ਵੀ ਇੱਕ ਸਕੀਮ ਸੀ, ਛੋਟਾ ਗੇਟ ਰੱਖਿਆ ਗਿਆ, ਖੋਲ੍ਹਿਆ ਗਿਆ। ਤੁਸੀਂ ਜਾਣਦੇ ਹੋ ਪਹਿਲੇ ਹਵੇਲੀਆਂ ਦੇ ਵੱਡੇ ਗੇਟ ਹੁੰਦੇ ਸੀ, ਉਹਦੇ ਵਿੱਚ ਗੁਬਾਰੀ ਜਿੰਨਾ ਛੋਟਾ ਗੇਟ ਸੀ। ਚਾਲ ਇਹ ਖੇਡੀ ਗਈ ਕਿ ਛੋਟੇ ਗੇਟ 'ਚ ਜਦੋਂ ਨਿਕਲੀ ਦਾ ਸਿਰ ਝੁਕਾ ਕੇ ਅੰਦਰ ਵੜਨਾ ਪੈਂਦਾ ਹੈ। ਇਹ ਸਿਰ ਝੁਕਾ ਕੇ ਵੜਨਗੇ, ਪਰਲੇ ਬੰਨੇ ਸਰਹੰਦ ਦਾ ਨਵਾਬ ਬੈਠਾ ਹੋਊਗਾ, ਅਸੀਂ ਰੋਲਾ ਪਾ ਦੇਵਾਂਗੇ ਕਿ ਬੱਚੇ ਝੁਕ ਗਏ ਨੇ। ਆਖੋ ਆਏ, ਜਦਕਿ ਉਹ ਝੁਕਣਾ ਬਾਰੀ ਵਿੱਚੋਂ ਲੰਘਣ ਵਾਸਤੇ ਹੋਏਗਾ। ਇਹਨਾਂ ਨੇ ਚਾਲ ਚੱਲੀ,
ਕਚਹਿਰੀ ਬਾਹਰ ਲਾਈ। ਸਕੀਮ ਸੀ ਕਿ ਜਦੋਂ ਬੱਚੇ ਝੁਕ ਕੇ ਅੰਦਰ ਵੜਨਗੇ ਅਸੀਂ ਕਹਿ ਦਿਆਂਗੇ ਬੱਚੇ ਝੁਕ ਗਏ, ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਝੁਕ ਗਏ। ਪਰ ਸਦਕੇ ਜਾਈਏ, ਉਹਨਾਂ ਸਾਹਿਬਜ਼ਾਦਿਆਂ ਤੋਂ ਐਵੇਂ ਥੋੜ੍ਹੀ ਲਿਖਿਆ ਨਿੱਕੀਆਂ ਜਿੰਦਾਂ ਵੱਡੇ ਸਾਕੇ, ਐਵੇਂ ਨਹੀਂ ਆਖਿਆ। ਕਾਰਨ ਸੀ, ਬੱਚੇ ਸਾਡੇ ਘਰਾਂ 'ਚ ਵੀ ਹੁੰਦੇ ਨੇ ਸਾਧ ਸੰਗਤ, ਤੁਸੀਂ ਕਦੀ ਨੋਟ ਕਰੋ ਕੀ ਉਮਰਾਂ ਸਨ ਇਹਨਾਂ ਬੱਚਿਆਂ ਦੀਆਂ, 5 ਸਾਲ ਅਤੇ 7 ਸਾਲ। ਕਈ ਇਤਿਹਾਸਕਾਰ 7 ਅਤੇ 9 ਸਾਲ ਲਿਖਦੇ ਨੇ, ਕਈ 5 ਅਤੇ 7 ਸਾਲ ਲਿਖਦੇ ਆ। ਹੁਣ ਇੱਕ 5 ਅਤੇ 7 ਸਾਲ ਦੀ ਉਮਰ ਦਾ ਬੱਚਾ, ਪਰ ਇੱਕ ਗੱਲ ਸਮਝ ਰੱਖਣਾ, ਗੁਰਮਤਿ ਵਿੱਚ ਉਮਰ ਦਾ ਤਕਾਜ਼ਾ ਨਹੀਂ ਜੇ ਹੈਗਾ। ਆਖੋ ਵਾਹਿਗੁਰੂ, ਸਾਰੇ ਆਖੋ ਜੀ। ਸਾਹਿਬ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਮਹਾਰਾਜ 5-6 ਸਾਲ ਦੀ ਉਮਰ ਵਿੱਚ ਗੁਰਗੱਦੀ 'ਤੇ ਬੈਠੇ ਨੇ। ਆਖੋ ਵਾਹਿਗੁਰੂ, ਗੁਰਮਤਿ ਵਿੱਚ ਉਮਰ ਨਹੀਂ ਵੱਡੀ। ਬਜ਼ੁਰਗੀ ਯਾਨੀ ਸੰਤ ਸਿੰਘ ਜੀ ਮਸਕੀਨ ਬਚਨ ਕਰਦੇ ਹੁੰਦੇ ਸਨ, ਬਜ਼ੁਰਗੀ ਉਮਰ ਨਾਲ ਨਹੀਂ ਆਉਂਦੀ, ਬਜ਼ੁਰਗੀ ਸਿਆਣਪ ਨਾਲ ਆਉਂਦੀ ਹੈ। ਆਖੋ ਵਾਹਿਗੁਰੂ, ਕਈ ਵਾਰੀ ਨਿੱਕੇ ਤੋਂ ਨਿੱਕੇ ਬੱਚੇ 'ਚ ਉਹ ਦਾਤ ਹੋ ਸਕਦੀ ਹੈ ਜਿਹੜੇ 80-90 ਸਾਲ ਦੇ ਬਜ਼ੁਰਗਾਂ ਕੋਲ ਨਹੀਂ ਹੁੰਦੀ। ਆਖੋ ਵਾਹਿਗੁਰੂ, ਆਪਾਂ ਖੁਦ ਵੇਖ 80-90 ਸਾਲ ਦਾ ਬਜ਼ੁਰਗ ਹੁੰਦਾ, ਉਹਦੇ 'ਚ ਸਹਿਜ ਨਹੀਂ ਹੁੰਦਾ, ਸੰਤੋਖ ਨਹੀਂ ਹੁੰਦਾ, ਕਾਲਾਪਨ ਹੁੰਦਾ ਹੈ। ਕਈ ਵਾਰੀ ਉਹੀ ਉਹ 5-6 ਸਾਲ ਦੇ ਬੱਚੇ ਕੋਲ ਸਹਿਜ ਹੁੰਦਾ ਹੈ, ਸੰਤੋਖ ਹੁੰਦਾ ਹੈ। ਪਿਛਲੀਆਂ ਕਮਾਈਆਂ ਚੱਲਦੀਆਂ ਆਉਂਦੀਆਂ ਨੇ। ਆਖੋ ਵਾਹੇ, ਖਿਆਲ ਕਰਨਾ, ਐਵੇਂ ਥੋੜ੍ਹੀ ਆਖਿਆ ਕੋਈ ਤੁਹਾਡੇ 'ਚੋਂ ਡਾਕਟਰ ਹੈ, ਕੋਈ ਵਕੀਲ ਹੈ, ਉਹਨੇ 20-25 ਸਾਲ ਮਿਹਨਤ ਲਾ ਕੇ ਡਾਕਟਰੀ ਦੀ ਪੜ੍ਹਾਈ ਕੀਤੀ, ਪਰ ਇੱਕ ਗੱਲ ਯਾਦ ਰੱਖਣਾ, ਜਦੋਂ ਉਹਦੀ ਡੈਥ ਹੋਣੀ ਹੈ, ਡਾਕਟਰੀ ਦਾ ਗੁਣ ਨਾਲ ਹੀ ਡੈਥ ਮੌਤ ਹੋ ਗਈ। ਅਗਲਾ ਜਨਮ ਲਊਗਾ, ਜੇ ਅਗਲੇ ਜਨਮ 'ਚ ਉਹਨੇ ਡਾਕਟਰ ਬਣਨਾ, ਨਵੇਂ ਸਿਰਿਓਂ ਫਿਰ ਪੜ੍ਹਾਈ ਕਰਨੀ ਪੈਣੀ, ਧਿਆਨ ਦੇਣਾ। ਜਦੋਂ ਸਰੀਰ ਗਿਆ, ਡਾਕਟਰੀ ਦਾ ਗੁਣ ਵੀ ਗਿਆ। ਕੋਈ ਇੰਜੀਨੀਅਰ ਹੈ, ਜਦੋਂ ਉਹਦੀ ਡੈਥ ਹੋਣੀ ਹੈ, ਇੰਜੀਨੀਅਰਿੰਗ ਦਾ ਗੁਣ ਵੀ ਨਾਲ ਹੀ ਚਲਾ ਜਾਣਾ। ਅਗਲੇ ਜਨਮ 'ਚ ਜੇ ਉਹਨੇ ਇੰਜੀਨੀਅਰ ਬਣਨਾ, ਮੁੜ ਪੜ੍ਹਾਈ ਨਵੇਂ ਸਿਰਿਓਂ ਤੋਂ ਸ਼ੁਰੂ ਹੈ। ਪਰ ਗੁਰਮਤਿ ਵਿੱਚ ਐਸਾ ਨਹੀਂ ਜੇ, ਹੁਣ ਸਮਝਣਾ ਗੁਰਮਤਿ ਵਿੱਚ ਫਰਕ ਜੇ। ਤੁਸੀਂ ਕਹੋਗੇ ਕੀ ਫਰਕ ਹੈ, ਗੁਰਮਤਿ ਵਿੱਚ ਫਰਕ ਹੈ। ਗੁਰਮਤਿ ਵਿੱਚ ਜਿੱਥੇ ਤੁਸੀਂ ਜਪ ਜਪ ਕੇ ਭਗਤੀ ਕਰ ਕਰਕੇ ਜਿਹੜੀ ਅਵਸਥਾ 'ਤੇ ਪਹੁੰਚੇ ਹੋਏ ਹੋ ਨਾ, ਜੇ ਕਿਸੇ ਕੋਲ ਨਿਮਰਤਾ ਆ ਗਈ ਹੈ, ਸਹਿਜ ਆ ਗਏ ਹੈ, ਸੰਤੋਖ ਆ ਗਿਆ, ਜੇ ਕਿਸੇ ਕੋਲ ਕੋਈ ਹੋਰ ਉੱਤਮ ਪਦ ਮਿਲ ਗਿਆ, ਗੁਰਮਤਿ ਵਿੱਚ ਐਸਾ ਨਹੀਂ ਕਹਿੰਦੇ। ਗੁਰਮਤਿ ਵਿੱਚ ਕੀ ਹੈ ਕਹਿੰਦੇ, ਜਦੋਂ ਹੁਣ ਮੌਤ ਹੋਣੀ ਹੈ ਤੇ ਉਹ ਗੁਣ ਵੀ ਨਾਲ ਜਾਣਾ, ਜਦੋਂ ਅਗਲਾ ਜਨਮ ਆਉਣਾ ਕਹਿੰਦੇ ਉਸੇ ਅਵਸਥਾ ਤੋਂ ਉਹਦੀ ਸ਼ੁਰੂਆਤ ਹੋਣੀ ਹੈ। ਆਖੋ ਆਏ, ਸਾਰੇ ਆਖੋ ਜੀ। ਗੱਲ ਨੂੰ ਸਮਝਣਾ, ਆ 92-93 ਦੀ ਗੱਲ ਹੈ। ਮੈਂ ਨਾਨਕਸਰ ਮਹਾਂਪੁਰਖਾਂ ਦੇ ਦਰਸ਼ਨ ਕਰਨ ਗਿਆ ਸੀ, ਬਾਬਾ ਕੁੰਦਰ ਸਿੰਘ ਜੀ ਉਸ ਵੇਲੇ ਸਨ। ਜਦੋਂ ਉਹਨਾਂ ਦੇ ਦਰਸ਼ਨ ਕੀਤੇ, ਖਿਆਲ ਕਰਿਓ, ਤੇ ਉਹਨਾਂ ਕੋਲ ਇੱਕ ਪਰਿਵਾਰ ਆਇਆ, ਬੱਚੇ ਨੂੰ ਭੁਗਤਾ ਰਿਹਾ ਸੀ, 8-10 ਮਹੀਨਿਆਂ ਦਾ ਬੱਚਾ ਸੀ ਉਹਨਾਂ, ਉਹ ਬੱਚੇ ਨੂੰ, ਬੱਚੇ ਦਾ ਜਨਮ ਹੋਇਆ ਸੀ ਤੇ ਉਹ ਬੱਚੇ ਨੂੰ ਮੱਥਾ ਟਿਕਾਣ ਲਿਆਏ ਸੀ।
ਬਾਬਾ ਜੀ ਬੜੀ ਕਮਾਈ ਵਾਲੇ ਸਨ, ਬੜੀ ਬੰਦਗੀ ਵਾਲੇ ਮਹਾਂਪੁਰਖ, ਬਾਬਾ ਕੁੰਦਨ ਸਿੰਘ ਜੀ, ਜਿਨ੍ਹਾਂ ਦੀ ਬੇ ਅੰਤ ਸੇਵਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ। ਜਦੋਂ ਪਰਿਵਾਰ ਨਵੇਂ ਜਨਮੇ ਬੱਚੇ ਨੂੰ ਲਿਆਇਆ ਨਾ, 10 ਮਹੀਨਿਆਂ ਦੇ ਬੱਚੇ, ਤੇ ਉਹ ਪਰਿਵਾਰ ਨੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਖੁਸ਼ੀਆਂ ਦੇ ਰਹੇ ਸਨ, ਬਾਬਾ ਕੁੰਦਨ ਸਿੰਘ ਜੀ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ, ਮਹਾਂਪੁਰਸ਼ ਖੁਸ਼ੀਆਂ ਦੇ ਰਹੇ ਨੇ, ਤੇ ਉਹ ਪਰਿਵਾਰ ਨੇ ਨਾ ਆਪਣੀ ਇੱਕ ਟੈਨਸ਼ਨ ਦੱਸੀ, ਚਿੰਤਾ ਦੱਸੀ। ਬਾਬਾ ਜੀ ਕਹਿੰਦੇ ਕੀ ਹੋਇਆ? ਕਹਿੰਦੇ ਜੀ ਆ ਬੱਚੇ ਦੇ ਪੈਰ ਵਿੰਗੇ ਨੇ, ਧਿਆਨ ਦੇ, ਲੱਤਾਂ ਵਿੰਗੀਆਂ ਨੇ ਬੱਚੇ ਦੀਆਂ। ਜਦੋਂ ਉਹਨਾਂ ਨੇ ਕਿਹਾ, ਮੈਂ ਵੀ ਕੁਦਰਤੀ ਉਸੇ ਕਮਰੇ 'ਚ ਸਾ, ਵਾਕਈ ਵੇਖਿਆ ਵੀ ਬੱਚਿਆਂ ਦੀ, ਹੁਣ ਆਮ ਬੱਚਾ ਹੋਏਗਾ, ਲੱਤਾਂ ਦੀ ਸ਼ੇਪ ਸਿੱਧੀ ਹੋਏਗੀ, ਉਹਦੀਆਂ ਲੱਤਾਂ ਦੀ ਸ਼ੇਪ ਨਾ ਇੰਜ ਸੀ, ਗੁਲਾਈ ਵਿੱਚ ਵਿੰਗੀਆਂ। ਉਹ ਪਰਿਵਾਰ ਚਿੰਤਾ ਵਿੱਚ ਬੇਨਤੀ ਕਰ ਰਿਹਾ ਵੀ ਲੱਤਾਂ ਇਹਦੀਆਂ ਏਦਾਂ ਏ, ਗੋਲ ਸ਼ੇਪ 'ਚ ਨੇ, ਵਿੰਗੀਆਂ ਜਿਹੀਆਂ ਨੇ। ਬਾਬਾ ਜੀ ਹੱਸਣ ਲੱਗ ਪਏ, ਕਿਉਂਕਿ ਮਹਾਂਪੁਰਖ ਜਿਹਦਾ ਮਨ ਦਾ ਇੰਨਾ ਸਾਫ਼ ਹੋ ਜਾਂਦਾ ਭਗਤੀ ਕਰ ਕਰਕੇ, ਉਹਨੂੰ ਉਹ ਦਿਸਦਾ ਜੋ ਸਾਨੂੰ ਨਹੀਂ ਦਿਸਦਾ। ਆਖੋ ਵਾਹੇ, ਸਾਰੇ ਆਖੋ ਜੀ, ਆਹ ਫਰਕ ਹੁੰਦਾ, ਇਹਦੇ 'ਚ ਕੋਈ ਅਤਕਥਨੀ ਨਹੀਂ ਹੈਗੀ। ਤੁਸੀਂ ਕਹੋ ਵੀ ਇਹ ਕਿੱਦਾਂ ਹੋ ਸਕਦਾ, ਇਹ ਹੁੰਦਾ। ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਤੁਸੀਂ ਸ਼ਾਇਦ ਨਾਂ ਸੁਣਿਆ ਹੋਏਗਾ, ਪ੍ਰੋਫੈਸਰ ਸਰੂਪ ਸਿੰਘ ਜੀ ਅਲੱਗ ਹੋਏ ਨੇ, ਜਿਨ੍ਹਾਂ ਦੀਆਂ ਬੜੀਆਂ ਪੁਸਤਕਾਂ, ਉਹ ਵੀ ਇੱਕ ਟਰੱਸਟ ਚਲਾ ਰਹੇ ਨੇ, ਅਲੱਗ ਨਾਂ ਦਾ ਚੈਰੀਟੇਬਲ ਟਰੱਸਟ, ਉਹ ਕਿਤਾਬਾਂ ਛਾਪਦੇ ਨੇ, ਬੜੀਆਂ ਕਿਤਾਬਾਂ ਪ੍ਰਚਾਰ, ਦਰਬਾਰ ਸਾਹਿਬ ਦੀ ਵਡਿਆਈਆਂ ਉਹਨਾਂ ਨੇ ਛਾਪੀਆਂ, ਕਈ ਕਿਤਾਬਾਂ ਦਾ ਲੰਗਰ ਲਾਇਆ। ਅਸੀਂ ਆ ਦੂਜੇ ਲੰਗਰ ਲਾਉਂਦੇ ਹਾਂ, ਉਹ ਕਹਿੰਦੇ ਵੀ ਮੈਂ ਗੁਰੂ ਸ਼ਬਦ ਦਾ ਲੰਗਰ ਲਾਉਣਾ, ਕਿਤਾਬਾਂ ਛਪਵਾ ਛਪਵਾ ਕੇ ਵੰਡਦੇ ਆ। ਉਹਨਾਂ ਨੇ ਇੱਕ ਕਿਤਾਬ ਵਿੱਚ ਆਪਣਾ ਜ਼ਿਕਰ ਲਿਖਿਆ, ਕਹਿੰਦੇ ਮੈਂ ਇੱਕ ਜਗ੍ਹਾ ਗਿਆ ਹਰਿਮੰਦਰ ਸਾਹਿਬ, ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦਾ ਪਿਆ ਵਾਂ, ਸਵੇਰ ਦਾ ਟਾਈਮ ਹੈ, ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਸੁਣਦਾ ਪਿਆ, ਅਤੇ ਕਹਿੰਦੇ ਮੇਰੇ ਨਾਲ ਇੱਕ ਪਾਸੇ ਮੇਰਾ ਧਿਆਨ ਗਿਆ ਵੀ ਨਾਲ ਦੇ ਬੰਨੇ ਇੱਕ ਸਰੀਰ ਉਹਨੇ ਚੌਂਕੜਾ ਮਾਰਿਆ ਹੋਇਆ, ਅੱਖਾਂ ਭਿੱਜੀਆਂ ਹੋਈਆਂ, ਅੱਖਾਂ ਵਿੱਚ ਨੇਤਰ ਵਗ ਰਹੇ, ਕਹਿੰਦੇ ਉਹਦੇ ਚਿਹਰੇ ਦਾ ਨੂਰ ਇੰਨਾ ਜ਼ਿਆਦਾ, ਇੰਨਾ ਜ਼ਿਆਦਾ ਉਹਦਾ ਚਿਹਰੇ ਦਾ ਨੂਰ ਹੀ ਨਾ ਚੱਲਿਆ ਜਾਵੇ। ਸਵੇਰ ਦਾ ਟਾਈਮ, 4:30 ਮੰਤਰੀਲਾ, ਆਸਾ ਜੀ ਦੀ ਵਾਰ ਉਹ ਸੁਣਦਾ ਪਿਆ, ਚੌਂਕੜਾ ਮਾਰਿਆ ਹੋਇਆ। ਕਹਿੰਦੇ ਮੈਨੂੰ ਬੜਾ ਪਿਆਰ ਆਇਆ ਵੀ ਐਸੀਆਂ ਰੂਹਾਂ, ਐਸੀ ਰੂਹ ਜੁੜੀ ਹੋਈ, ਕਹਿੰਦੇ ਉਹਦੇ ਦਰਸ਼ਨ ਕਰਕੇ ਜਿਵੇਂ ਭੁੱਖ ਲੱਥੀ ਜਾਵੇ। ਪਰ ਕਹਿੰਦੇ ਇੱਕਦਮ ਮੇਰਾ ਧਿਆਨ ਉਹਦੇ ਕੱਪੜਿਆਂ ਵੱਲ ਗਿਆ, ਅਤੇ ਉਹਦਾ ਕੁੜਤਾ ਨਾ 8-9 ਜਗ੍ਹਾ ਤੋਂ ਫਟਿਆ ਹੋਇਆ ਸੀ। ਆਖੋ ਵਾਹੇ, ਉਹਦਾ ਕੁੜਤਾ, ਜਿਹੜਾ ਕੱਪੜੇ ਪਾਏ ਸਨ, 8-9 ਜਗ੍ਹਾ ਤੋਂ ਫਟਿਆ ਹੋਇਆ, ਅਤੇ ਕੁੜਤੇ ਉੱਤੇ ਨਾ ਗਾਂਢੇ ਲਾਏ ਹੋਏ। ਗਾਂਢੇ ਸਮਝਦੇ ਹੋ ਨਾ, ਅੱਜ ਕੱਲ੍ਹ ਦੇ ਨੌਜਵਾਨ ਫੈਸ਼ਨ ਵਿੱਚ ਟਾਕੀਆਂ ਲਾਈਆਂ ਹੁੰਦੀਆਂ, ਪਰ ਇਹ ਗਰੀਬੀ ਦੀ ਨਿਸ਼ਾਨੀ ਹੁੰਦੀ ਸੀ ਪਹਿਲੇ। ਆਖੋ ਵਾਹੇ, ਵੀ ਕੱਪੜਾ ਫਟ ਜਾਣਾ, ਉੱਥੇ ਦੂਜੇ ਕੱਪੜੇ ਦਾ ਟਾਂਕਾ ਲਾ ਦੇਣਾ। ਜਿਹੜੇ ਫੱਕੜ ਲੋਕ ਹੁੰਦੇ ਸੀ ਨਾ, ਫਕੀਰ ਲੋਕ, ਉਹ ਇੱਦਾਂ ਜੀਵਨ ਬਤੀਤ ਕਰਦੇ ਹੁੰਦੇ ਸਨ, ਉਹਨੂੰ ਗੋਦਰੀ ਕਹਿੰਦੇ ਹੁੰਦੇ ਸਨ, ਵੀ ਤਰ੍ਹਾਂ ਤਰ੍ਹਾਂ ਦੇ ਕੱਪੜਿਆਂ ਦਾ, ਇੰਨਾ ਟੋਟਾ ਕੋਈ ਹੋਰ ਹੈ, ਦੂਜਾ ਟੋਟਾ ਹੋਰ ਹੈ, ਇੰਨਾ ਟੋਟਾ ਹੋਰ ਹੈ, ਉਹਦਾ ਕੱਪੜਾ ਬਣਾ ਕੇ ਸੀਂਦੇ ਪਾਉਂਦੇ ਹੁੰਦੇ ਸਨ। ਕਹਿੰਦੇ ਉਹਦੇ 8-10 ਕੱਪੜੇ ਕੁੜਤੇ ਅਤੇ 8-10 ਜਗ੍ਹਾ ਤੋਂ ਕੁੜਤਾ ਫਟਿਆ, ਗਾਂਢੇ ਲੱਗੇ ਹੋਏ। ਪ੍ਰੋਫੈਸਰ ਸਰੂਪ ਸਿੰਘ ਜੀ ਅਲੱਗ ਲਿਖਦੇ, ਮੇਰੇ ਮਨ 'ਚ ਨਾ ਤਰਸ ਆ ਗਿਆ,
ਏਡੀ ਕਮਾਈ ਵਾਲੀ ਰੂਹ, ਚਿਹਰਾ ਵੇਖੋ ਭੁੱਖ ਲੱਥਦੀ ਏ, ਇੰਨਾ ਨੂਰ ਏ ਚਿਹਰੇ ਤੇ, ਇੰਨਾ ਜੁੜ ਕੇ ਆਸਾ ਦੀ ਵਾਰ ਸੁਣ ਰਿਹਾ, ਅੱਖਾਂ ਵਿੱਚ ਜਲ ਵਗ ਰਿਹਾ ਜਿਵੇਂ ਗੁਰੂ ਰਾਮਦਾਸ ਜੀ ਨਾਲ ਗੱਲਾਂ ਕਰ ਰਿਹਾ, ਪਰ ਗਰੀਬੀ ਇੰਨੀ ਏ ਕਿ 8-9 ਜਗ੍ਹਾ ਤੋਂ ਕੱਪੜਾ ਫਟਿਆ ਹੋਇਆ। ਕਹਿੰਦੇ ਮੇਰੇ ਮਨ 'ਚ ਪਿਆਰ ਆ ਗਿਆ ਵੀ ਜਦੋਂ ਭੋਗ ਪਏਗਾ ਇਹ ਉੱਠੇਗਾ ਨਾ, ਮੈਂ ਇਹਨੂੰ ਇੱਕ ਕੁੜਤਾ ਪਜਾਮਾ ਲੈ ਕੇ ਦੇਣਾ। ਆਖੋ ਵਾਹੇ, ਮੈਨੂੰ ਤਰਸ ਆ ਗਿਆ, ਕਹਿ ਲਓ ਪਿਆਰ ਕਹਿ ਲਓ। ਉਦੋਂ ਨਾ 200 ਰੁਪਏ ਦਾ ਕੁੜਤੇ ਦਾ ਪੀਸ ਆਉਂਦਾ ਹੁੰਦਾ ਸੀ ਜਦੋਂ ਦੀ ਅੱਜ ਕਰੇ। ਕਹਿੰਦੇ ਮੈਂ 5 ਵਜੇ ਉੱਠਣਾ ਸੀ, ਜਦੋਂ 5 ਵਜੇ ਕਹਿੰਦੇ ਮੈਂ ਉੱਠ ਕੇ ਜਾਣਾ ਸੀ ਵਾਪਸ, ਕਹਿੰਦੇ ਮੈਂ ਉੱਠਾ ਨਾ ਵੀ ਉਹ ਉੱਠੇ ਤੇ ਮੈਂ ਉੱਠਾਂ ਵੀ ਮੈਂ ਇਹਨੂੰ ਕੁੜਤੇ ਪਜਾਮੇ ਦੱਸੇ ਕੱਪੜੇ ਦੇ ਪੈਸੇ ਦੇਣੇ ਆ, ਉਹ ਉੱਠੇ ਨਾ। ਕਹਿੰਦੇ 5:15 ਵਜ ਗਏ, 5:15 ਤੇ 5:30 ਵਜ ਗਏ। ਕਹਿੰਦੇ ਮੇਰੇ ਅੰਦਰ ਫੁਰਨੇ ਵੀ ਇਹ ਉੱਠੇ ਤੇ ਮੈਂ ਉੱਠਾਂ, ਇਹ ਉੱਠੇ ਤੇ ਮੈਂ ਉੱਠਾਂ, ਵੀ ਇਹਨੂੰ ਮੈਂ 200 ਰੁਪਈਆ ਦਵਾਂ। ਉਹ ਉੱਠਦਾ ਨਹੀਂ ਪਿਆ। ਕਹਿੰਦਾ ਮੈਂ ਸੋਚਿਆ ਵੀ ਮੈਂ ਵਾਪਸ ਜਾਣਾ ਹੈ, ਮੈਨੂੰ 1/2 ਘੰਟਾ ਲੇਟ ਹੋ ਗਿਆ, ਇਹ ਉੱਠਦਾ ਨਹੀਂ ਪਿਆ, ਕੀ ਕਰਾਂ। ਕਹਿੰਦੇ ਹਾਰ ਕੇ ਮੈਂ ਇੱਕ ਡੈਡ ਲਾਈਨ ਸੋਚ ਲਈ ਵੀ ਚੱਲ ਵੱਧ ਤੋਂ ਵੱਧ ਮੈਂ 6 ਵਜੇ ਤੱਕ ਵੇਟ ਕਰਾਂਗਾ, 6 ਵਜੇ ਤੱਕ ਜੇ ਉੱਠ ਗਿਆ ਠੀਕ ਹੈ, ਨਹੀਂ ਤੇ ਸਮਝਾਂਗਾ ਇਹਦੇ ਭਾਗਾਂ 'ਚ ਨਹੀਂ ਕੁੜਤਾ ਪਜਾਮਾ। ਕਹਿੰਦੇ ਮੈਂ 6 ਵਜੇ ਤੱਕ ਬੈਠਾ, ਪਰ ਕਹਿੰਦੇ 5 ਮਿੰਟ ਪਹਿਲਾਂ ਹੀ ਉੱਠ ਪਿਆ। ਕਹਿੰਦੇ ਉਹ ਉੱਠਿਆ ਤੇ ਮੈਂ ਵੀ ਸ਼ੁਕਰ ਕੀਤਾ, ਉਹਦੇ ਮਗਰੇ ਮੈਂ ਉੱਠਿਆ। ਕਹਿੰਦੇ ਹਲਕੀ ਪੌੜੀ ਤੋਂ ਅੰਮ੍ਰਿਤ ਉਹਨੇ ਵੀ ਲਿੱਤਾ ਤੇ ਮੈਂ ਵੀ ਲਿੱਤਾ, ਤੇ ਕਹਿੰਦੇ ਮੈਂ ਸੋਚਦਾ ਪਿਆ ਵੀ ਬਾਹਰ ਜਾ ਕੇ ਇਹਨੂੰ 200 ਰੁਪਈਆ ਦੇਣਾ ਵਾ, ਪਰ ਕਹਿੰਦੇ ਜਿਉਂ ਹੀ ਹਲਕੀ ਪੌੜੀ ਤੋਂ ਬਾਹਰ ਨਿਕਲੇ ਉਹ ਅੱਗੇ ਦੇ ਮੈਂ ਮਗਰ ਹਾਂ, ਤੇ ਇੱਕਦਮ ਗੁਰਮੁਖ ਪਿਆਰਾ ਪਿੱਛੇ ਨੂੰ ਮੁੜਿਆ, ਮੇਰੇ ਵੱਲ ਤੱਕਿਆ ਤੇ ਇੰਜ ਹਥੇਲੀ ਅੱਗੇ ਕਰਕੇ ਪਤਾ ਕੀ ਕਹਿੰਦਾ, ਕਹਿੰਦਾ ਲਿਆ ਵੱਡਿਆ ਦਾਨੀਆਂ ਦੇ ਜਿਹੜਾ 200 ਰੁਪਇਆ ਦੇਣਾ ਹੀ। ਆਖੋ ਸਾਰੇ, ਆਖੋ ਜੀ, ਹੁਣ ਗੱਲ ਨੂੰ ਸਮਝ ਲੈਣਾ ਯਾਰ। ਕਹਿੰਦੇ ਪ੍ਰੋਫੈਸਰ ਸਰੂਪ ਸਿੰਘ ਜੀ ਅਲੱਗ ਬੜੇ ਵੱਡੇ ਰਾਈਟਰ ਹੋਏ ਨੇ, ਕਹਿੰਦੇ ਮੈਂ ਹੈਰਾਨ, ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਵੀ ਜੋ ਮੇਰੇ ਅੰਦਰ ਏ ਇਹਨੂੰ ਕਿਵੇਂ ਪਤਾ ਹੈ। ਆਖੋ ਭਾਈ, ਪਰ ਉਹਨੇ ਮੇਰੇ ਅੰਦਰ ਦੀ ਗੱਲ ਬੁੱਝ ਕੇ ਪਤਾ ਕਹਿੰਦਾ, ਕਹਿੰਦਾ ਲਿਆ ਵੱਡੇ ਦਾਨੀਆਂ ਦੇ ਜਿਹੜਾ 200 ਰੁਪਇਆ ਦੇਣਾ ਹੀ। ਸਵੇਰ ਦਾ ਬੈਠਾ ਹੋਇਆ, ਨਾ ਆਪ ਚੱਜ ਦੀ ਚੱਜ ਤਰ੍ਹਾਂ ਕੀਰਤਨ ਸੁਣਿਆ ਹੀ ਤੇ ਨਾ ਹੀ ਮੈਨੂੰ ਸੁਣਨ ਦਿੱਤਾ ਹੀ। ਆਖੋ ਭਾਈ, ਵੀ ਹੁਣ ਬਾਕੀ ਗੱਲ ਤਾਂ ਠੀਕ ਹੈ, 1.25 ਘੰਟੇ ਦਾ ਤੇਰੇ ਅੰਦਰ ਇਹੀ ਉਹ ਚੱਲੀ ਜਾ ਰਿਹਾ ਵੀ ਇਹਨੂੰ 200 ਦੇਣਾ, ਇਹਨੂੰ ਕੁੜਤਾ ਲੈ ਕੇ ਦੇਣਾ, ਉੱਠੇ ਬਾਹਰ ਆਵੇ। ਕਹਿੰਦੇ ਨਾ ਆਪ ਚੱਜ ਦੀ ਤਰ੍ਹਾਂ ਕੀਰਤਨ ਸੁਣਿਆ ਹੀ, ਨਾ ਮੈਨੂੰ ਸੁਣਨ ਦਿੱਤਾ ਹੀ, ਲਿਆ ਵੱਡਿਆ ਦਾਨੀਆਂ। ਕਹਿੰਦੇ ਮੈਂ ਪੈਸੇ ਦੇ ਉਹਨੂੰ ਫੜਾਏ, ਪਰ ਮੈਂ ਉਹਦੇ ਪੈਰ ਫੜ ਲਏ, ਓਏ ਗੁਰਮੁਖਾ ਮੈਨੂੰ ਇੱਕ ਗੱਲ ਦੱਸ, ਮੇਰੇ ਅੰਦਰ ਜੋ ਚੱਲ ਰਹੇ ਤੈਨੂੰ ਕਿਵੇਂ ਪਤਾ। ਤੇ ਉਹਦੀਆਂ ਅੱਖਾਂ ਭਰ ਗਈਆਂ, ਕਹਿੰਦੇ ਇਹ ਸਾਰੀ ਦਾਤ ਮੈਨੂੰ ਗੁਰੂ ਰਾਮਦਾਸ ਜੀ ਨੇ ਦਿੱਤੀ ਹੋਈ ਹੈ। ਆਖੋ ਵਾਹਿਗੁਰੂ, ਸਾਰੇ ਆਖੋ ਜੀ। ਮੈਂ ਇਹ ਜ਼ਿਕਰ ਸਿਰਫ ਤਾਂ ਤੁਹਾਡੇ ਨਾਲ ਕਰ ਰਿਹਾ, ਇੱਕ ਅਵਸਥਾ ਹੈਗੀ ਹੈ, ਗੁਰੂ ਦੇ ਅੰਤਰਯਾਮੀ ਹੈ ਹੀ ਹੈ, ਜਿਹੜੇ ਅੰਦਰੋਂ ਮਨ ਕਰਕੇ ਸੰਗਤ ਕਰਦੇ ਆ, ਨਾਮ ਜਪਦੇ ਆ, ਬਾਣੀ ਪੜ੍ਹਦਿਆਂ ਪੜ੍ਹਦਿਆਂ ਇੱਕ ਦਿਨ ਐਸਾ ਮਨ ਸਾਫ਼ ਹੋ ਜਾਂਦਾ, ਉਹ ਸਾਡੇ ਅੰਦਰ ਦੀਆਂ ਉਹ ਗੁਰਮੁਖ ਪਿਆਰੇ ਵੀ ਪੁੱਜ ਲੈਂਦੇ ਆ। ਇਸ ਲਈ ਇਸ ਕਰਕੇ ਛੇਤੀ ਕਿਤੇ ਕਿੰਤੂ ਪ੍ਰੰਤੂ ਨਾ ਕਰਿਆ ਕਰੋ। ਆਹ ਸਟੇਜ ਲੱਗੀ ਹੈ, ਹੁਣ ਮੈਂ ਤੁਹਾਨੂੰ ਇੱਕ ਝਟਕਾ ਮਿਸਾਲ ਦਿਆਂ, ਇਹਦੇ ਮਗਰ ਆ ਟੈਂਟ ਲੱਗਾ, ਪਰਦਾ ਲੱਗਾ, ਇਹਦੇ ਪਿੱਛੇ ਕੀ ਪਿਆ ਮੈਨੂੰ ਤਾਂ ਨਹੀਂ ਪਤਾ, ਕਿਉਂਕਿ ਮੈਂ ਪਿੱਛੇ ਨਹੀਂ ਗਿਆ, ਤੁਹਾਨੂੰ ਵੀ ਨਹੀਂ ਪਤਾ ਹੋਣਾ ਜਿਹੜੇ ਪਿਛਲੇ ਪਾਸੇ ਨਹੀਂ ਗਏ। ਪਰ ਜਿਹੜਾ ਇੱਕ ਅੱਧਾ ਸਰੀਰ ਪਿਛਲੇ ਪਾਸੇ ਗਿਆ ਹੋਏਗਾ,
ਉਹ ਇੱਥੇ ਖਲੋ ਕੇ ਜੇ ਕਵੇ ਇਹਦੇ ਪਿੱਛੇ ਹਾਥੀ ਏ, ਇਹਦੇ ਪਿੱਛੇ ਜਾਂ ਕੋਈ ਚੀਜ਼ ਮਿਸਾਲ ਦੇਵੇ ਵੀ ਉਹ ਪਈ, ਜੇ ਆਪਾਂ ਗਏ ਹੀ ਨਹੀਂ, ਅਸੀਂ ਪਰਲੇ ਪਾਸੇ ਵੇਖਿਆ ਹੀ ਨਹੀਂ ਪਈ ਹੈ ਕਿ ਨਹੀਂ ਪਈ, ਅਸੀਂ ਕਿਵੇਂ ਕਹਿ ਦਈਏ ਵੀ ਪਈ ਨਹੀਂ ਪਈ? ਉਹ ਕਹਿ ਸਕਦਾ ਜਿਹੜਾ ਗਿਆ ਹੈ ਪਰਲੇ ਬੰਨੇ, ਅੱਖੋ ਆਏ। ਮੇਰੀ ਕਹਿਣ ਤੋਂ ਮੁਰਾਦ ਜਿਹੜੀ ਅਵਸਥਾ ਦਾ ਸਾਨੂੰ ਨਹੀਂ ਪਤਾ, ਇਹ ਨਾ ਸਮਝਿਆ ਕਰੋ ਵੀ ਉਹ ਹੈ ਹੀ ਨਹੀਂ। ਜਿਹਨੇ ਅਵਸਥਾ ਦਾ ਆਨੰਦ ਮਾਣਿਆ ਇਹ ਉਹਨੂੰ ਪਤਾ ਹੁੰਦਾ ਵੀ ਹੈ ਕਿ ਨਹੀਂ ਹੈ। ਆਖੋ ਵਾਹਿ, ਸਾਰੇ ਆਖੋ ਜੀ। ਉਸ ਗੁਰਮੁਖ ਪਿਆਰੇ ਨੇ ਪ੍ਰੋਫੈਸਰ ਸੂਰ ਸਿੰਘ ਜੀ ਲੱਗ ਕੇ, ਤੈਨੂੰ ਕਿਵੇਂ ਪਤਾ? ਕਹਿੰਦਾ ਇਹ ਕਿਰਪਾ ਗੁਰੂ ਰਾਮਦਾਸ ਜੀ ਨੇ ਮੈਨੂੰ ਦਿੱਤੀ ਹੋਈ ਹੈ। ਕਹਿੰਦਾ ਕੀ ਮਤਲਬ? ਉਹਨੇ ਫਿਰ ਆਪਣੀ ਗੱਲ ਦੱਸੀ। ਕਹਿੰਦਾ ਮੈਂ ਸਹਿਜਧਾਰੀ ਸਾਂ, ਇੱਕ ਦਿਨ ਹਰਿਮੰਦਰ ਸਾਹਿਬ ਆਇਆ ਵਾਂ, ਕੀਰਤਨ ਸੁਣ ਕੇ ਮੈਨੂੰ ਰੰਗ ਲੱਗ ਗਿਆ, ਮੈਂ ਅੰਮ੍ਰਿਤ ਛੱਕ ਲਿਆ, ਸਿੰਘ ਸੱਜ ਗਿਆ, ਅਤੇ ਗੁਰੂ ਰਾਮਦਾਸ ਜੀ ਨੇ ਦੋਨੋਂ ਦਾਤਾਂ ਨਾਲ ਮੈਨੂੰ ਰਜਾਇਆ ਹੋਇਆ। ਦੋਨੋਂ ਦਾਤਾਂ ਕਿਹੜੀਆਂ ਸੁਣ ਲਓ ਹੁਣ। ਕਹਿੰਦੇ ਮਾਇਆ ਪਾਸਿਓਂ ਇੰਨੀ ਕਿਰਪਾ, ਇੰਨੀ ਕਿਰਪਾ। ਕਹਿੰਦਾ ਮੈਂ ਲੁਧਿਆਣੇ ਦਾ ਵੱਡਾ ਵਪਾਰੀ ਹਾਂ, ਵੱਡਾ ਵਪਾਰੀ। ਆਖੋ, ਇੱਕ ਹੁੰਦੇ ਨੇ ਹਜ਼ਾਰਾਂ, ਇੱਕ ਹੁੰਦੇ ਨੇ ਲੱਖਾਂ, ਇੱਕ ਹੁੰਦੇ ਕਰੋੜਾਂ, ਇੱਕ ਹੁੰਦੇ ਅਰਬਾਂ, ਇੱਕ ਹੁੰਦੇ ਖਰਬਾਂ, ਅਤੇ ਖਰਬਾਂ ਤੋਂ ਬਾਅਦ ਹੁੰਦੇ ਜੇ ਨੀਲ ਪਦਮ। ਕਹਿੰਦਾ ਬਾਬੇ ਨੇ ਕਿੰਨੀ ਮਾਇਆ ਇਹ ਮੇਰੇ ਕੋਲ ਗਿਣਤੀ ਕੋਈ ਨਹੀਂ ਹੈਗੀ, ਮੈਂ ਤੈਨੂੰ ਦੱਸ ਨਹੀਂ ਸਕਦਾ। ਆਖੋ ਆਏ, ਆਹ ਪਾਟੇ ਕੱਪੜੇ ਜਿਹੜੇ ਵੇਖ ਕੇ ਤੈਨੂੰ ਮੇਰੇ 'ਤੇ ਤਰਸ ਆਇਆ, ਇਹ ਇਸ ਕਰਕੇ ਨਹੀਂ ਪਾਏ ਕਿ ਮੈਂ ਗਰੀਬ ਹਾਂ, ਇਹ ਇਸ ਕਰਕੇ ਮੈਂ ਪਾ ਕੇ ਆਉਂਦਾ ਕਿ ਮੈਨੂੰ ਪਤਾ ਹੀ ਨਹੀਂ ਗੁਰੂ ਰਾਮਦਾਸ ਜੀ ਨੇ ਅਰਬਾਂ ਖਰਬਾਂ ਦਿੱਤੇ ਹੋਏ ਨੇ। ਜਦੋਂ ਗੁਰੂ ਰਾਮਦਾਸ ਜੀ ਦੇ ਦਰ ਤੇ ਆਉਂਦਾ ਵਾਂ, ਇਹ ਪਾਟਿਆ ਕੁੜਤਾ ਮੈਂ ਜਾਣ ਕੇ ਪਾ ਕੇ ਆਉਂਦਾ ਵਾਂ ਕਿ ਮੇਰਾ ਮਨ ਨੀਵਾਂ ਰਵੇ। ਗੁਰੂ ਰਾਮਦਾਸ ਜੀ, ਕੱਲ੍ਹ ਵੀ ਤੇਰੇ ਘਰ ਦਾ ਮੰਗਦਾ ਸਾਂ ਅਤੇ ਅੱਜ ਵੀ ਤੇਰੇ ਘਰ ਦਾ ਮੰਗਦਾ ਵਾਂ। ਆਖੋ, ਮੈਨੂੰ ਕਿਤੇ ਹੋਮੇ ਨਾ ਆ ਜਾਏ ਕਿ ਮੈਂ ਕੁਝ ਹੈਗਾ ਵਾਂ, ਮੈਂ ਤੇ ਤਾਂ ਇਹ ਕੱਪੜੇ ਪਾ ਕੇ ਆਉਂਦਾ। ਤੇ ਦੂਜੇ ਪਾਸਿਓਂ ਗੁਰੂ ਰਾਮਦਾਸ ਜੀ ਨੇ ਅਧਿਆਤਮਿਕ ਪਾਸਿਓਂ ਤੋਂ ਇਹ ਸਮਾਧੀ ਦੀ ਦਾਤ, ਚੌਂਕੜੀ ਦੀ ਦਾਤ, ਦੂਸਰੇ ਦੇ ਅੰਦਰ ਕੀ ਵਰਤ ਰਿਹਾ ਉਹ ਵੀ ਮੈਨੂੰ ਪਤਾ ਲੱਗ ਜਾਂਦਾ। ਆਖੋ ਵਾਹਿ, ਕਹਿੰਦੇ ਰੱਬੀ ਰੱਬੀ ਦਾਤਾਂ ਵੀ ਦਿੱਤੀਆਂ ਹੋਈਆਂ। ਇਹ ਮੈਂ ਤਾਂ ਜ਼ਿਕਰ ਕੀਤਾ ਕਿਤੇ ਪ੍ਰੇਰਣਾ ਆ ਜਾਵੇ ਵੀ ਮਹਾਂਪੁਰਖਾਂ ਨੂੰ ਕਿਵੇਂ ਪਤਾ। ਉਹ ਪਰਿਵਾਰ ਜਿਹੜਾ ਬੱਚੇ ਨੂੰ ਲਿਆਇਆ, ਉਹ ਪਰਿਵਾਰ ਟੈਨਸ਼ਨ ਵਿੱਚ ਸੀ ਵੀ ਇਹ ਬੱਚੇ ਦੀਆਂ ਲੱਤਾਂ ਵਿੰਗੀਆਂ ਨੇ, ਅਤੇ ਬਾਬਾ ਗੁੰਦਨ ਸਿੰਘ ਜੀ ਹੱਸ ਪਏ। ਜਦੋਂ ਹੱਸੇ ਤੇ ਪਰਿਵਾਰ ਕਹਿੰਦਾ ਬਾਬਾ ਜੀ ਕੀ ਗੱਲ ਹੋਈ, ਅਸੀਂ ਤੇ ਟੈਨਸ਼ਨ ਚ ਵੀ ਲੱਤਾਂ ਵਿੰਗੀਆਂ। ਤੇ ਮਹਾਂਪੁਰਖ ਕਹਿੰਦੇ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ, ਇਹਦੀਆਂ ਲੱਤਾਂ ਤਾਂ ਵਿੰਗੀਆਂ ਨੇ, ਇਹ ਪਿਛਲੇ ਜਨਮ ਦਾ ਸਾਧੂ ਏ ਜਿਹੜਾ ਤੁਹਾਡੇ ਘਰ ਜਨਮ ਲੈ ਕੇ ਆਇਆ, ਪਿਛਲੇ ਜਨਮ ਚ ਇਹਦੀ 40 ਸਾਲ ਦੀ ਚੌਂਕੜੀ ਵੱਜੀ ਰਹੀ ਏ। ਆਖੋ, ਪਿਛਲੇ ਜਨਮ ਦੇ ਵਿੱਚ 40 ਸਾਲ ਦਾ ਚੌਂਕੜਾ ਇਹਦਾ ਵੱਜਾ ਰਿਹਾ। ਇਹ ਫਿਰ ਮੈਨੂੰ, ਮੈਂ ਉਦੋਂ ਮਹਾਂਪੁਰਖਾਂ ਦਾ ਬਚਨ ਸੁਣਿਆ ਸੀ ਵੀ ਜਿਹਦੇ ਕੋਲ ਚੌਂਕੜੇ ਦੀ ਦਾਤ ਹੋਵੇ। ਹੁਣ ਜਿਹੜੇ ਕਈ ਜੋਗੀ ਰਿਸ਼ੀ ਜਿਹੜੇ ਸਮਾਧੀ 'ਚ ਬੈਠੇ ਰਹਿੰਦੇ ਹੈ, ਉਹ ਜਦੋਂ ਉੱਠਣ, ਉਹਨਾਂ ਦਾ ਜਦੋਂ ਤੁਸੀਂ ਚਾਲ ਵੇਖੋਗੇ ਨਾ, ਉਹਨਾਂ ਦੀ ਤੋਰ ਵੇਖਿਓ, ਉਹਨਾਂ ਦੀਆਂ ਲੱਤਾਂ ਦੀ ਸ਼ੇਪ ਥੋੜ੍ਹੀ ਵਿੰਗੀ ਹੁੰਦੀ ਜੇ। ਆਖੋ, ਸਾਰੇ ਆਖੋ ਜੀ। ਮਹਾਂਪੁਰਖ ਕਹਿੰਦੇ ਤੁਹਾਡੇ ਹੱਥੇ ਕਮਾਈ ਵਾਲੀ ਰੂਹ ਆਈ ਏ, ਤੁਸੀਂ ਇਹ ਨਾ ਵੇਖੋ ਵੀ ਇਹਦੀਆਂ ਲੱਤਾਂ ਵਿੰਗੀਆਂ ਨੇ, ਸ਼ੇਪ ਵਿੱਚ ਵਿੰਗੀਆਂ ਨਜ਼ਰ ਆ ਰਹੀਆਂ ਨੇ। ਜਦੋਂ ਤੁਰਨਾ ਸ਼ੁਰੂ ਕਰੂਗਾ ਬਿਲਕੁਲ ਚੜ੍ਹਦੀ ਕਲਾ ਵਾਲਾ ਸਿੰਘ ਏ, ਕਿਉਂਕਿ ਪਿਛਲੇ ਜਨਮ ਦਾ ਸਮਾਧੀ ਵਾਲਾ ਸਿੰਘ ਹੈਗਾ। ਆਖੋ, ਸਾਰੇ ਆਖੋ ਜੀ। ਮੈਂ ਜ਼ਿਕਰ ਕਰ ਰਿਹਾ ਸਾਂ, ਗੁਰਮਤ ਵਿੱਚ ਉਮਰ ਦਾ ਤਕਾਜ਼ਾ ਨਹੀਂ ਜੇ ਹੁੰਦਾ।
ਗੁਰਮਤ ਵਿੱਚ ਉਮਰ ਛੋਟੀ ਏ ਪਰ ਵੱਡੀਆਂ ਕਿਰਪਾ ਹੋ ਸਕਦੀ ਏ। ਕਾਰਨ ਕੀ ਏ? ਦੁਨਿਆਵੀ ਪੜ੍ਹਾਈ ਮੌਤ ਦੇ ਨਾਲ ਖਤਮ ਹੋ ਜਾਂਦੀ ਏ ਪਰ ਅਧਿਆਤਮਕ ਪੜ੍ਹਾਈ ਨਾਲ ਨਿਭਦੀ ਏ। ਆਖੋ ਵਾਹੇ। ਅਧਿਆਤਮਕ ਪੜ੍ਹਾਈ ਜਿਹਨੇ ਕੀਤੀ ਹੁੰਦੀ ਉਹ ਤੋੜ ਨਿਭਦੀ ਏ। ਇਹ ਸਾਹਿਬਜ਼ਾਦੇ ਜਿਨ੍ਹਾਂ ਦੀਆਂ ਉਮਰਾਂ ਵੱਲ ਨਾ ਵੇਖਿਓ, ਉਹਨਾਂ ਨੇ ਸਕੀਮ ਬਣਾਈ, ਗੇਟ ਬੰਦ ਕਰਤਾ ਵੱਡਾ, ਜਦੋਂ ਆਏ ਛੋਟੀ ਬਾਰੀ ਜੀ ਖੁੱਲ੍ਹੀ ਹੋਈ ਸੀ। ਅਤੇ ਸਕੀਮ ਕੀ ਸੀ, ਚਾਲ ਕੀ ਸੀ, ਵੀ ਜਦੋਂ ਬਾਰੀ 'ਚੋਂ ਵੜਨਗੇ, ਸੂਲਨ ਬਾਰੀ ਦੇ ਅੰਦਰੋਂ ਨਿਕਲਣ ਲੱਗਿਆਂ ਸਿਰ ਝੁਕਾਉਣਾ ਪਊ, ਜਦੋਂ ਇਹ ਸਿਰ ਝੁਕਾਉਣਗੇ ਪਰਲੇ ਪਾਸੇ ਸਰਹੰਦ ਦਾ ਕਚਹਿਰੀ ਲੱਗੀ ਹੋਏਗੀ ਨਵਾਬ ਦੀ, ਅਸੀਂ ਰੋਲਾ ਪਾ ਦਾਂਗੇ। ਕਲਗੀਧਰ ਜੀ ਦੇ ਬੱਚਿਆਂ ਨੇ ਸਿਰ ਝੁਕਾ ਤਾਂ ਝੁਕ ਗਏ ਆ। ਆਖੋ ਪਰ ਸਦਕੇ ਜਾਈਏ, ਇਹਨਾਂ ਉਮਰਾਂ ਦੇ ਮੈਂ ਜ਼ਿਕਰ ਕਰ ਰਿਹਾ ਸਾਂ, ਨਿੱਕੀਆਂ ਉਮਰਾਂ। ਹੋ ਸਕਦਾ ਵੱਡੇ ਵੱਡਿਆਂ ਨੂੰ ਇਹ ਨਾ ਸੁੱਝੇ, ਪਰ ਜਦੋਂ ਇਹ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ ਕਹਿੰਦੇ ਅੰਦਰ, ਅੱਜ ਵੇਖਿਆ ਕਿ ਰੋਜ਼ ਬੂਹਾ ਵੱਡਾ ਖੁੱਲ੍ਹਾ ਹੁੰਦਾ ਸੀ, ਅੱਜ ਵੱਡਾ ਬੂਹਾ ਬੰਦ ਹੈ, ਛੋਟਾ ਹੈ ਕਿ ਬਾਰੀ ਖੁੱਲ੍ਹੀ ਹੈ, ਕੀ ਹੈ? ਕਹਿੰਦੇ ਜੀ ਅੰਦਰ ਚੱਲੋ, ਵੱਡਾ ਬੂਹਾ। ਕਹਿੰਦੇ ਵੱਡਾ ਬੂਹਾ ਅੱਜ ਬੰਦ ਹੈ, ਬਾਰੀ 'ਚੋਂ ਲੰਘਣਾ ਪੈਣਾ। ਕਹਿੰਦੇ ਉਸ ਵੇਲੇ ਦੋਨਾਂ ਨੇ ਇੱਕ ਦੂਜੇ ਦੀਆਂ ਅੱਖਾਂ 'ਚ ਅੱਖਾਂ ਮਿਲਾਈਆਂ ਕਿ ਹੁਣੇ ਬਾਰੀ 'ਚੋਂ ਝੁਕਣ ਵਾਸਤੇ ਵੀ ਸਿਰ ਨਹੀਂ ਝੁਕਾਉਣਾ। ਇਹਨਾਂ ਦੇ ਜਜ਼ਬੇ ਨੂੰ ਸਲਾਮ ਹੈ, ਸਾਧ ਸੰਗਤ ਜੀ ਨਮਸਕਾਰ ਕਰੀਏ ਐਸੀਆਂ ਉਮਰਾਂ ਨੂੰ, ਅਤੇ ਨਮਸਕਾਰ ਕਰੀਏ ਇਹਨਾਂ ਦੇ ਜਜ਼ਬੇ ਨੂੰ। ਕਹਿੰਦੇ ਇੱਕ ਦੂਜੇ ਦੀਆਂ ਅੱਖਾਂ 'ਚ ਅੱਖਾਂ ਮਿਲਾ ਕੇ, ਅਤੇ ਕਹਿੰਦੇ ਉਸ ਵੇਲੇ ਇਹਨਾਂ ਦੋਵਾਂ ਸਾਹਿਬਜ਼ਾਦਿਆਂ ਨੇ ਕਹਿੰਦੇ ਆਪਸ ਵਿੱਚ ਮਤਾ ਪਕਾਇਆ ਕਿ ਅੰਦਰ ਵੜਨਾ ਅਤੇ ਸਿਰ ਪਹਿਲੇ ਨਹੀਂ ਝੁਕਾਉਣਾ, ਅੰਦਰ ਵੜਨਾ ਪਹਿਲੇ ਪੈਰ ਅੰਦਰ ਕਰਾਂਗੇ, ਆਪਣੇ ਚਰਨ ਜੁੱਤੀ ਦੀ ਨੋਕ 'ਤੇ ਅੰਦਰ ਜਾਵਾਂਗੇ। ਆਖੋ ਆਏ ਸਾਰੇ, ਆਖੋ ਜੀ। ਇਹ ਦੋਨੋਂ ਸਾਹਿਬਜ਼ਾਦੇ ਕਹਿੰਦੇ ਅੰਦਰ ਵੜਨ ਲੱਗੇ, ਕਹਿੰਦੇ ਇੰਜ ਆਪਣੇ ਆਪ ਨੂੰ ਪਿੱਛੇ ਕਰਕੇ, ਇੱਕ ਹੁਣ ਬਾਰੀ ਛੋਟੀ ਏ, ਤੁਸੀਂ ਵੀ ਕਿਤੇ ਲੰਘਣ ਲੱਗੋ, ਜਾਂ ਤੇ ਉਹਦੇ 'ਚ ਇੰਜ ਵੜਨਾ ਪੈਂਦਾ, ਤੇ ਜਾਂ ਇਹਨਾਂ ਸਾਹਿਬਜ਼ਾਦਿਆਂ ਨੇ ਜੋ ਕਹਿੰਦੇ ਵਰਤਾਈ ਖੇਡ, ਕਹਿੰਦੇ ਆਪਣੇ ਸੀਸ ਇੰਜ ਪਿੱਛੇ ਕਰਕੇ, ਕਹਿੰਦੇ ਇੰਜ ਪੈਰ ਅੱਗੇ ਕਰਕੇ ਤੇ ਅੰਦਰ ਵੜੇ, ਤੇ ਅੰਦਰ ਵੜਦਿਆਂ ਸਾਰ ਗੱਜ ਕੇ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਕਿਉਂਕਿ ਬਾਹਰੋਂ ਨਾਲ ਪੜ੍ਹਾਇਆ ਜਾ ਰਿਹਾ ਸੀ, ਅੰਦਰ ਜਾ ਕੇ ਸਰਹੰਦ ਦੇ ਨਵਾਬ ਨੂੰ ਸਲਾਮ ਬੁਲਾਉਣੀ ਹੈ। ਆਖੋ ਆਏ ਸਾਰੇ, ਆਖੋ ਜੀ। ਕਹਿੰਦੇ ਇਹਨਾਂ ਨੇ ਫਿਰ ਸਲਾਮ ਨਹੀਂ ਬੁਲਾਈ, ਹੁਣ ਸਲਾਮ ਮਾੜੀ ਵੀ ਨਹੀਂ ਹੈਗੀ, ਮਤ ਸਮਝਿਓ ਸਲਾਮ ਮਾੜੀ ਹੈ। ਮੁਸਲਮਾਨ ਭਰਾ ਬੁਲਾਉਂਦੇ ਨੇ ਨਾ, ਉਹ ਸਲਾਮ ਬੁਲਾਉਂਦੇ ਨੇ, ਅਸੀਂ ਫਤਿਹ ਬੁਲਾਉਂਦੇ ਹਾਂ, ਸਲਾਮ ਵਾਲੀ ਨਹੀਂ ਹੈ। ਕਲਗੀਧਰ ਮਹਾਰਾਜ ਜੀ ਨੇ ਵੀ ਬੁਲਾਈ ਹੈ ਜਾਪ ਸਾਹਿਬ ਦੇ ਵਿੱਚ, ਹਮੇਸ਼ਲ ਸਲਾਮ ਹੈ, ਮਹਾਰਾਜ ਜੀ ਨੇ ਵੀ ਬੁਲਾਈ ਹੈ। ਪਰ ਇੱਕ ਚੀਜ਼ ਦਾ ਫਰਕ ਸਮਝੇ, ਉਹੀ ਕਬੀਰ ਜੀ ਨੇ, ਉਹੀ ਕਬੀਰ ਜੀ ਸ਼ਬਦ ਪੜ੍ਹਦੇ ਨੇ ਅਵਲ ਅੱਲਾ, ਸਾਰੇ ਬੋਲੋ ਅਵਲ ਅੱਲਾ ਕੁਦਰਤ ਕੇ ਏਕ ਨੂਰ ਤੇ ਸਭ ਜਗ ਉਪਜੇ ਕੌਣ ਭਲੇ। ਪਰ ਉਹੀ ਕਬੀਰ ਜੀ ਇੱਕ ਪਾਸੇ ਕਹਿ ਰਹੇ ਸਾਰੇ ਪਾਸੇ ਅੱਲਾ ਦਾ ਨੂਰ ਏ, ਅੱਲਾ ਦੇ ਬੰਦੇ ਨੇ, ਅੱਲਾ ਨੇ ਪੈਦਾ ਕੀਤਾ,
ਪਰ ਉਹੀ ਕਬੀਰ ਜੀ ਨੂੰ ਜਬਰਦਸਤੀ ਕਿਹਾ ਜਾ ਰਿਹਾ, ਰਾਮ ਨਹੀਂ ਜਪਣਾ, ਅੱਲਾ ਅੱਲਾ ਜਪੋ। ਕਹਿੰਦੇ ਮੈਂ ਜਬਰਦਸਤੀ ਨਹੀਂ ਜਪ ਸਕਦਾ, ਆਖੋ ਵਾਹਿਗੁਰੂ, ਜਬਰੀ ਨਹੀਂ ਜਪਣਾ, ਮੇਰਾ ਮਨ ਕਹਿੰਦਾ ਅੱਲਾ ਰਾਮ ਕੋਈ ਫਰਕ ਨਹੀਂ, ਉਹ ਮੈਂ ਕਹਿੰਦਾ ਵਾ। ਪਰ ਜੇ ਤੁਸੀਂ ਮੈਨੂੰ ਗਨ ਪੁਆਇੰਟ ਤੇ ਕਹੋਗੇ, ਬੰਦੂਕ ਰੱਖ ਕੇ ਕਹੋਗੇ ਅੱਲਾ ਜਪ ਰਾਮ ਨਹੀਂ ਜਪਣਾ, ਕਹਿੰਦੇ ਇਹਦਾ ਮਤਲਬ ਮੈਂ ਆਪਣੇ ਧਰਮ ਨੂੰ ਛੱਡ ਦਿਆਂ, ਆਖੋ ਵਾਹਿਗੁਰੂ, ਆਪਣਾ ਧਰਮ ਨਹੀਂ ਹਾਰਿਆ, ਆਖੋ ਵਾਹਿਗੁਰੂ, ਸਾਰੇ ਆਖੋ ਜੀ। ਉਹੀ ਸਾਹਿਬਜ਼ਾਦਿਆਂ ਨੇ ਅੱਜ ਕਰਕੇ ਦਿਖਾਇਆ। ਕਲਗੀਧਰ ਮਹਾਰਾਜ ਜੀ ਸਲਾਮ ਬੁਲਾਉਂਦੇ ਨੇ, ਸਲਾਮ ਮਾੜੀ ਨਹੀਂ ਹੈਗੀ, ਪਰ ਜਦੋਂ ਅੱਜ ਉਹਨਾਂ ਸਾਹਿਬਜ਼ਾਦਿਆਂ ਨੂੰ ਛੋਟੀਆਂ ਉਮਰਾਂ ਨੂੰ ਕਿਹਾ ਜਾ ਰਿਹਾ ਜਬਰੀ ਸਲਾਮ ਬੁਲਾਉਣੀ ਹੈ, ਪਰ ਸਦਕੇ ਜਾਈਏ ਸਾਹਿਬਜ਼ਾਦਿਆਂ ਦੇ ਅੰਦਰ ਵੜਦਿਆਂ ਸਲਾਮ ਨਹੀਂ ਬੁਲਾਈ, ਗੱਜ ਕੇ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲਾਮ ਮਾੜੀ ਨਹੀਂ, ਪਰ ਅਸੀਂ ਗਨ ਪੁਆਇੰਟ ਤੇ ਨਹੀਂ ਬੁਲਾਵਾਂਗੇ, ਅਸੀਂ ਜਬਰੀ ਨਹੀਂ ਬੁਲਾਵਾਂਗੇ। ਜੇ ਤੁਸੀਂ ਜਬਰੀ ਕਹੋਗੇ ਫਿਰ ਅਸੀਂ ਫਤਿਹ ਬੁਲਾਵਾਂਗੇ, ਕਿਉਂਕਿ ਜੇ ਅੱਜ ਤੁਹਾਡੇ ਕਹਿਣ ਤੇ ਬੁਲਾਈ ਫਿਰ ਸਮਝ ਆਂਗੇ ਕਿ ਅਸੀਂ ਆਪਣਾ ਧਰਮ ਹਾਰ ਗਏ, ਆਖੋ ਵਾਹਿ। ਅੱਜ ਅਰਦਾਸ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ, ਆਖੋ ਵਾਹਿ, ਸਾਰੇ ਆਖੋ ਜੀ। ਕਹਿੰਦੇ ਉਸ ਵੇਲੇ ਇਹ ਸੁੱਚਾ ਆਨੰਦ ਪੂਰਾ ਜ਼ੋਰ ਲਾਇਆ, ਇਹ ਬੱਚੇ ਨਹੀਂ ਹੈਗੇ, ਮੁਸਲਮਾਨ ਧਰਮ ਇਜਾਜ਼ਤ ਨਹੀਂ ਦੇ ਰਿਹਾ ਇਹਨਾਂ ਬੱਚਿਆਂ ਨੂੰ ਕਤਲ ਕੀਤਾ ਜਾਵੇ, ਕਾਨੂੰਨ ਇਜਾਜ਼ਤ ਨਹੀਂ ਦੇ ਰਿਹਾ, ਕੋਈ ਕਾਨੂੰਨ 'ਚ ਨਹੀਂ ਹੈਗਾ ਐਡੇ ਛੋਟੇ ਬੱਚਿਆਂ ਨੂੰ ਮਾਰਿਆ ਜਾਵੇ। ਪਰ ਇਹ ਸੁੱਚਾ ਆਨੰਦ ਨੇ ਕਹਿੰਦੇ ਵਧੀਕੀਆਂ ਕੀਤੀਆਂ, ਇਹ ਸਾਬਤ ਕਰਨ ਨੂੰ ਲੱਗਾ ਰਿਹਾ ਇਹ ਬੱਚੇ ਨਹੀਂ ਹੈਗੇ, ਇਹ ਸੱਪ ਦੇ ਬੱਚੇ ਨੇ, ਆਖੋ ਇਹਨਾਂ ਨੂੰ ਬੱਚੇ ਨਾ ਸਮਝੋ। ਉਹਨੇ ਕਈ ਹਰਕਤਾਂ ਕਰੀਆਂ, ਇੱਥੋਂ ਤੱਕ ਬਾਹਰ ਤਿੰਨ ਨਕਲੀ ਦੁਕਾਨਾਂ ਪਾ ਦਿੱਤੀਆਂ, ਇੱਕ ਦੁਕਾਨ ਸੀ ਮਠਿਆਈਆਂ ਦੀ, ਇੱਕ ਦੁਕਾਨ ਸੀ ਖਿਡੌਣਿਆਂ ਦੀ, ਇੱਕ ਦੁਕਾਨ ਸੀ ਹਥਿਆਰਾਂ ਦੀ, ਆਖੋ ਵਾਹਿ। ਕਹਿੰਦੇ ਤੁਸੀਂ ਕਹਿੰਦੇ ਬੱਚੇ ਆ, ਕਹਿੰਦੇ ਇਹਨਾਂ ਨੂੰ ਇੱਕ ਕੰਮ ਕਰੋ, ਇਹਨਾਂ ਨੂੰ ਕੋਈ ਛੱਡ ਦਿੱਤਾ ਤੁਹਾਨੂੰ, ਜਾਓ ਇਹਨਾਂ ਨੂੰ ਸਰਹੰਦ ਦੀ ਕਚਹਿਰੀ 'ਚ ਛੱਡ ਦਿਆਂਗੇ, ਤੇ ਆਪਣੇ ਸਿਪਾਹੀ ਆਲੇ ਦੁਆਲੇ ਦੁਕਾਨਾਂ ਦੇ ਆਲੇ ਦੁਆਲੇ ਲੁਕਾ ਕੇ ਬਿਠਾ ਦਿਓ, ਭੱਜ ਨਾ ਜਾਣ, ਤੇ ਫਿਰ ਵੇਖਣਾ। ਜੇ ਤੇ ਬੱਚੇ ਹੋਏ ਫਿਰ ਇਹ ਮਠਿਆਈਆਂ ਵਾਲੀ ਦੁਕਾਨ ਤੇ ਜਾਣਗੇ, ਆਖੋ ਵਾਹਿ। ਤੁਹਾਨੂੰ ਪਤਾ ਬੱਚਿਆਂ ਨੂੰ ਚੋਕਲੇਟਾਂ ਨਾਲ, ਟੋਫੀਆਂ ਨਾਲ, ਮਠਿਆਈਆਂ ਨਾਲ ਪਿਆਰ। ਜੇ ਤੇ ਹੋਏ ਬੱਚੇ ਫਿਰ ਖਿਡੌਣਿਆਂ ਨੂੰ ਭੱਜਣਗੇ, ਤੇ ਮਠਿਆਈਆਂ ਨੂੰ ਜਾਣ ਤੇ ਖਿਡੌਣਿਆਂ ਨੂੰ ਜਾਣ ਫਿਰ ਭਾਵੇਂ ਛੱਡ ਦੇਣਾ, ਤੇ ਜੇ ਫੜਨ ਹਥਿਆਰ ਫਿਰ ਤੁਸੀਂ ਆਪੇ ਹੀ ਸਮਝ ਲੈਣਾ ਇਹ ਬੱਚੇ ਨਹੀਂ ਹੈਗੇ, ਖਤਰਨਾਕ ਨੇ, ਆਖੋ ਵਾਹਿ। ਸਦਕੇ ਜਾਈਏ, ਕਹਿੰਦੇ ਉਹਨੇ ਤੇ ਸਕੀਮ ਖੇਡੀ, ਪਰ ਸਦਕੇ ਜਾਈਏ ਇਹਨਾਂ ਸਾਹਿਬਜ਼ਾਦਿਆਂ ਦੇ, ਆਖੋ ਵਾਹਿ। ਕਹਿੰਦੇ ਜਦੋਂ ਇਹਨਾਂ ਨੂੰ ਝੂਠੀ ਮੁੱਠੀ ਰਿਹਾ ਕੀਤਾ ਗਿਆ, ਬੱਚਿਓ ਤੁਹਾਨੂੰ ਅਸੀਂ ਛੱਡਦੇ ਹਾਂ ਕਿਉਂਕਿ ਸਾਡੇ ਕਾਨੂੰਨ ਅਨੁਸਾਰ ਤੁਹਾਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਤੁਸੀਂ ਬੱਚੇ ਹੋ, ਜਾਓ, ਤੁਹਾਨੂੰ ਆਜ਼ਾਦ ਕੀਤਾ, ਜਾਓ ਜਿੱਧਰ ਜਾਣਾ ਜਾਓ। ਕਹਿੰਦੇ ਬਾਹਰ ਆਏ, ਕਹਿੰਦੇ ਆਲੇ ਦੁਆਲੇ ਸੈਨਿਕ ਸਾਰੇ ਛੁਪੇ ਹੋਏ ਸਨ, ਸਾਹਮਣੇ ਤਿੰਨ ਦੁਕਾਨਾਂ ਨਜ਼ਰ ਆਈਆਂ, ਪਰ ਸਦਕੇ ਜਾਈਏ ਸਾਹਿਬਜ਼ਾਦਿਆਂ ਦੇ, ਨਾ ਗਏ ਮਠਿਆਈਆਂ ਵਾਲੇ ਪਾਸੇ, ਨਾ ਗਏ ਖਿਡੌਣਿਆਂ ਵਾਲੇ ਪਾਸੇ, ਸਿੱਧਾ ਸ਼ਸਤਰਾਂ ਵਾਲੇ ਦੁਕਾਨ ਤੇ ਵੜੇ, ਇੱਕ ਨੇ ਕਿਰਪਾਨ ਫੜੀ ਤੇ ਇੱਕ ਨੇ ਨੇਜਾ ਫੜਿਆ ਜੀ, ਆਖੋ ਵਾਹਿਗੁਰੂ, ਸਾਰੇ ਆਖੋ ਜੀ। ਜਿਉਂ ਹੀ ਹਥਿਆਰ ਫੜੇ
ਫਿਰ ਸੈਨਿਕ ਨਿਕਲ ਆਏ, ਫਿਰ ਗ੍ਰਿਫਤਾਰ ਕੀਤੇ ਗਏ, ਅੰਦਰ ਲਿਆਂਦਾ ਗਿਆ। ਕਹਿੰਦੇ ਵੇਖਿਆ ਸੁੱਚਾ ਆਨੰਦ ਨੇ ਰੋਲਾ ਪਾਇਆ, ਵੇਖਿਆ ਨਾ ਮੈਂ ਕਹਿੰਦਾ ਸੀ ਨਾ ਬੱਚੇ ਨਹੀਂ ਹੈਗੇ, ਇਹ ਸੱਪ ਦੇ ਬੱਚੇ, ਇਹਨਾਂ ਨੂੰ ਅੱਜ ਛੱਡਿਆ, ਇਹ ਵੱਡੇ ਹੋ ਕੇ ਸਾਡੇ ਵਾਸਤੇ ਖਤਰਾ ਬਣਨਗੇ। ਕਹਿੰਦੇ ਉਹਨਾਂ ਨੂੰ ਪੁੱਛਿਆ ਗਿਆ, ਬੱਚਿਓ ਜੇ ਤੁਹਾਨੂੰ ਛੱਡ ਦਈਏ ਕੀ ਕਰੋਗੇ? ਕਹਿੰਦੇ ਕਰਨਾ ਕੀ, ਖਿੰਡੇ ਪੁੰਡੇ ਸਿੰਘ ਇਕੱਠੇ ਕਰਾਂਗੇ, ਅੰਮ੍ਰਿਤ ਛਕਾਵਾਂਗੇ, ਸਿੰਘਾਂ ਦੀ ਫੌਜ ਤਿਆਰ ਕਰਾਂਗੇ, ਫਿਰ ਆ ਕੇ ਤੁਹਾਡੇ ਨਾਲ ਲੜਾਂਗੇ, ਜਾਂ ਤੇ ਤੁਹਾਨੂੰ ਮਾਰ ਦਿਆਂਗੇ ਜਾਂ ਮਰ ਜਾਂਗੇ। ਆਖੋ ਸਾਰੇ ਆਖੋ ਜੀ, ਆ ਜਜ਼ਬਾ ਸੀ, ਆ ਜਜ਼ਬਾ। ਕਹਿੰਦੇ ਹੁਣ ਸੁੱਚਾ ਆਨੰਦ, ਫਿਰ ਲਾਲਚ ਸ਼ੁਰੂ ਹੋਏ, ਫਿਰ ਡਰਾਇਆ ਗਿਆ, ਔਰ ਅਖੀਰ ਉਹ ਕਾਰਨਾਮਾ ਉਹ ਕਾਰਾ ਕੀਤਾ ਜਿਹੜਾ ਇਹਨਾਂ ਦਾ ਧਰਮ ਇਜਾਜ਼ਤ ਨਹੀਂ ਦਿੰਦਾ, ਪਰ ਜਬਰੀ ਕਰਾਇਆ ਗਿਆ। ਕੇਵਲ ਇੱਕ ਮਲੇਰਕੋਟਲੇ ਦਾ ਨਵਾਬ ਸੀ ਜਿਹਨੇ ਹਾ ਦਾ ਨਾਰਾ ਮਾਰਿਆ ਸੀ। ਆਖੋ ਆਏ ਖੀਰ ਤੱਕ ਡਰਾਇਆ ਗਿਆ। ਇੱਥੋਂ ਤੱਕ ਇਤਿਹਾਸ 'ਚ ਲਿਖਿਆ, ਮੈਂ ਸਮਾਪਤੀ ਕਰਾਂ। ਕਹਿੰਦੇ ਉੱਪਰ ਇੱਲਾਂ ਇੱਲਾਂ ਸਨ, ਇੱਲਾਂ ਉੱਡ ਰਹੀਆਂ ਨੇ, ਇੱਧਰ ਮਿਸਤਰੀ ਇੱਟਾਂ ਤਿਆਰ ਕਰਨ ਲੱਗੇ, ਤੇ ਸਰਹੰਦ ਦੇ ਨਵਾਬ ਨੇ ਆਖਰੀ ਧਮਕੀ ਦਿੱਤੀ, ਕਹਿੰਦੇ ਬੱਚਿਓ ਵੇਖੋ ਉੱਤੇ ਇੱਲਾਂ ਉੱਡਦੀਆਂ ਪਈਆਂ, ਹੁਣੇ ਥੋੜੀ ਦੇਰ 'ਚ ਤੁਹਾਨੂੰ ਮਾਰ ਦਿੱਤਾ ਜਾਣਾ, ਤੁਹਾਡੀ ਲਾਸ਼ਾਂ ਇੱਥੇ ਪਈਆਂ ਹੋਣਗੀਆਂ, ਇਹ ਇੱਲਾਂ ਆਣਗੀਆਂ, ਤੁਹਾਡੀਆਂ ਲੋਕਾਂ ਦੇ ਮਾਸ ਦੇ ਟੁਕੜੇ ਪੁੱਟ ਪੁੱਟ ਕੇ ਉੱਤੇ ਅਸਮਾਨ 'ਚ ਜਾ ਕੇ ਖਾਣਗੀਆਂ, ਹਜੇ ਵੀ ਬਚ ਜਾਓ। ਕਹਿੰਦੇ ਉਸ ਵੇਲੇ ਦੋਨੋਂ ਸਾਹਿਬਜ਼ਾਦੇ ਗੱਜ ਕੇ ਬੋਲੇ, ਨਵਾਬ ਸਾਨੂੰ ਵੀ ਪਤਾ, ਥੋੜੀ ਦੇਰ ਬਾਅਦ ਸਾਡੀਆਂ ਲੋਕਾਂ ਇੱਥੇ ਡਿੱਗੀਆਂ ਹੋਣਗੀਆਂ, ਥੋੜੀ ਦੇਰ ਬਾਅਦ ਇੱਲਾਂ ਆ ਕੇ ਸਾਡੇ ਮਾਰ ਦੇ ਟੁਕੜੇ ਪੁੱਟ ਕੇ ਉੱਤੇ ਅਸਮਾਨ 'ਚ ਜਾ ਕੇ ਖਾਣਗੀਆਂ, ਪਰ ਇੱਕ ਗੱਲ ਯਾਦ ਰੱਖੀ, ਜਿੰਨੀ ਉੱਚੀ ਇੱਲਾਂ ਜਾ ਕੇ ਸਾਡੇ ਮਾਰ ਦੇ ਟੁਕੜੇ ਖਾਣਗੀਆਂ, ਇੱਕ ਦਿਨ ਆਏਗਾ ਓਨੀ ਉੱਚੀ ਇੱਥੇ ਸਿੱਖ ਪੰਥ ਦੇ ਨਿਸ਼ਾਨ ਸਾਹਿਬ ਝੁਲਿਆ ਕਰਨਗੇ। ਜਾਣਗੀਆਂ ਓਨੀ ਉੱਚੀ ਇੱਥੇ ਸਿੱਖ ਪੰਥ ਦੇ ਨਿਸ਼ਾਨ ਝੁੱਲਣਗੇ। ਆਖੋ ਵਾਹਿਗੁਰੂ, ਸਾਰੇ ਆਖੋ ਜੀ, ਸ਼ਹੀਦੋਂ ਕੀ ਜਿਤਾਓ ਪੇ ਲਗੇਂਗੇ ਹਰ ਬਰਸ਼ ਵੇਲੇ। ਔਰ ਅੱਜ ਵੇਖ ਲਓ ਉਹੀ ਅਸਥਾਨ ਹੈ, ਸਰਹੰਦ ਦੀ ਇੱਟ ਨਾਲ ਇੱਟ ਵੱਜ ਗਈ, ਕੋਈ ਨਹੀਂ ਬਚਿਆ, ਪਰ ਉਹਨਾਂ ਸਾਹਿਬਜ਼ਾਦਿਆਂ ਦੀ ਸੋਭਾ ਅੱਜ ਤੱਕ ਹੋ ਰਹੀ ਹੈ, ਕਾਰਨ ਆਪਣੇ ਧਰਮ ਨੂੰ ਹੀ ਹਾਰਿਆ, ਆਪਣੀ ਬੇੜੀ ਵਿੱਚ ਰਹੇ। ਆਖੋ ਵਾਹਿ ਮੈਥਲੀ ਸ਼ਰਨ ਗੁਪਤਾ ਨੇ ਲਿਖੇ ਇੱਕ ਜਗ੍ਹਾ, ਕਹਿੰਦਾ ਜਿਸ ਜਾਤ ਦੇਸ਼ ਕੌਮ ਕੇ ਬੱਚੇ ਦੇ ਸਕਤੇ ਹੈ ਯੂੰ ਬਲੀਦਾਨ, ਉਸ ਕੌਮ ਕਾ ਵਰਤਮਾਨ ਕੈਸਾ ਵੀ ਹੋ ਪਰ ਭਵਿੱਖ ਹੈ ਬੜਾ ਮਹਾਨ। ਆਖੋ ਵਾਹਿ ਜਿਸ ਕੌਮ ਦੇ ਬੱਚੇ ਇਹੋ ਜਿਹਾ ਬਲੀਦਾਨ ਦੇ ਸਕਦੇ ਨੇ, ਉਹਨਾਂ ਦਾ ਵਰਤਮਾਨ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਪਰ ਭਵਿੱਖ ਬੜਾ ਵਧੀਆ ਜੇ। ਆਖੋ ਅੱਜ ਉਹਨਾਂ ਦੀ ਸ਼ਹਾਦਤ ਨੂੰ ਸਾਡੀ ਨਮਸਕਾਰ ਏ, ਅਸੀਂ ਵੀ ਉਹਨਾਂ ਦੀ ਸ਼ਹਾਦਤ ਤੋਂ ਜਿਵੇਂ ਸੇਧ ਲੈ ਕੇ ਸਵੇਰੇ ਵੀ ਵਿਚਾਰ ਹੋਈ ਸੀ, ਹੁਣ ਵੀ ਕਿ ਅਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਣੀਏ ਭਈ, ਜਿੰਨਾ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਪਾਨ ਕਰੋ, ਜਿਹੜੇ ਰੋਮਾਂ ਦੀ ਬੇਦਵੀ ਕਰਦੇ ਆ ਉਹ ਇਹਨਾਂ ਤੋਂ ਗੁਰੇਜ ਕਰਦਿਆਂ ਹੋਇਆਂ ਆਪਣੇ ਕਲਗੀ ਧਰ ਮਹਾਰਾਜ ਦੇ ਲੜ ਲੱਗੀਏ। ਸੋ ਮਹਾਰਾਜ ਜੀ ਮਿਹਰ ਕਰਨ, ਇਸ ਵੇਲੇ ਇਸ ਜਵਾਨ ਦੀ ਹੁਣ ਇੱਥੇ ਸਮਾਪਤੀ ਏ। ਸਵੇਰੇ 8 ਤੋਂ 9 ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਕੀਰਤਨ ਦੀਆਂ ਹਾਜ਼ਰੀਆਂ,
ਸਾਰੀ ਸੰਗਤ ਨੂੰ ਅਰਦਾਸ ਬੇਨਤੀ ਕਰੇਗਾ, ਦਰਸ਼ਨ ਦੇ ਕੇ ਸਾਨੂੰ ਗਰੀਬਾਂ ਨੂੰ ਨਵਾਜਣਾ। ਆਓ ਹੁਣ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਦਾਸਾਂ ਤੋਂ ਬਾਅਦ ਸਤਿਕਾਰਯੋਗ ਗੁਰੂ ਘਰ ਦੇ ਪ੍ਰਚਾਰਕ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਡੇਰਾ ਦੂਣ ਵਾਲੇ, ਜੋ ਬੜਾ ਮਾਣ ਦਿੰਦੇ ਨੇ, ਉਹਨਾਂ ਦੀ ਆਪਣੀ ਵਡਿਆਈ ਹੈ, ਨਿਮਰਤਾ ਉਹਨਾਂ ਦੀ, ਮੈਨੂੰ ਨਵਾਜਦੇ ਨੇ ਦਾਸ ਨੂੰ, ਉਹਨਾਂ ਨੇ ਹਾਜ਼ਰੀਆਂ ਭਰਨੀਆਂ, ਆਪ ਸਾਰਿਆਂ ਨੇ ਉਹਨਾਂ ਦੀ ਕਥਾ ਦਾ ਰਸ ਲੈਣਾ, ਆਪਣੇ ਜੀਵਨ ਨੂੰ ਬਦਲਣਾ, ਆਪਣੀਆਂ ਕਮੀਆਂ ਕੱਢ ਕੇ ਗੁਣਾਂ ਨੂੰ ਲੈ ਕੇ ਜਾਣਾ। ਆਓ ਹੁਣ ਸਮਾਪਤੀ ਕਰੀਏ। ਸੰਗਤ ਵੱਲੋਂ, ਪ੍ਰਬੰਧਕਾਂ ਵੱਲੋਂ ਬੇਅੰਤ ਕੀਰਤਨ ਭੇਟ ਮਾਇਆ ਜੋ ਹਾਜ਼ਰ ਹੋਈਏ, ਤੁਹਾਡੀ ਇਹ ਸਾਰੀ ਮਾਇਆ ਦਾ ਇੱਕ ਇੱਕ ਪੈਸਾ ਬਾਬੇ ਨਾਨਕ ਦੀਆਂ ਮਿਹਰਾਂ ਨੇ, ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਉਹਨਾਂ ਦੇ ਉੱਦਮ ਨਾਲ। ਕਦੀ ਅੰਮ੍ਰਿਤਸਰ ਆਓ, ਦੇਖੋ ਤਰਨ ਤਾਰਨ ਰੋਡ 'ਤੇ 1900 ਪਰਿਵਾਰ ਵਿਧਵਾ ਬੀਬੀਆਂ ਦੇ, ਉਹਨਾਂ ਨੂੰ ਸੰਸਥਾ ਵੱਲੋਂ ਰਾਸ਼ਨ ਕਾਰਡ ਬਣਾ ਕੇ ਇਸੇ ਮਾਇਆ 'ਚ ਉਹਨਾਂ ਨੂੰ ਹਰ ਮਹੀਨੇ ਫਰੀ ਰਾਸ਼ਨ ਦਿੱਤਾ ਜਾਂਦਾ। ਅੰਮ੍ਰਿਤਸਰ 1900 ਪਰਿਵਾਰ ਰਾਸ਼ਨ ਲੈਂਦੇ ਨੇ, ਇਹਦੀਆਂ ਬ੍ਰਾਂਚਾਂ ਜਲੰਧਰ, ਲੁਧਿਆਣੇ, ਦਿੱਲੀ, ਬਰੇਲੀ, ਮੇਰਠ, ਅਹਿਮਦਾਬਾਦ, 19 ਸ਼ਹਿਰਾਂ 'ਚ ਭਲਾਈ ਕੇਂਦਰ ਦੀ ਸੇਵਾ ਮਹਾਰੇ ਲੈ ਰਹੇ ਨੇ। 8-9 ਹਜ਼ਾਰ ਵਿਧਵਾ ਬੀਬੀਆਂ ਦੇ ਪਰਿਵਾਰ ਐਸੇ ਨੇ ਜਿਨ੍ਹਾਂ ਨੂੰ ਗੁਰੂ ਦੀ ਮਿਹਰ ਨਾਲ ਰਾਸ਼ਨ ਦਿੱਤਾ ਜਾਂਦਾ ਹੈ। ਉਹਨਾਂ ਘਰ ਰੋਟੀ ਸਬਜ਼ੀ ਪੱਕਦੀ ਹੈ, ਚੌਲ ਬਣਦੇ ਨੇ, ਤੁਹਾਨੂੰ ਸੰਗਤ ਨੂੰ ਸੀਸਾਂ ਲੱਗਦੀਆਂ, ਕਿਉਂਕਿ ਤੁਹਾਡੀ ਦਿੱਤੀ ਮਾਇਆ ਨਾਲ ਉਹਨਾਂ ਦੇ ਘਰ ਚੁੱਲ੍ਹੇ ਬਲ ਰਹੇ ਨੇ। ਸੰਗਤ ਕਾਮ ਦੇਰ ਹੁੰਦੀ ਹੈ, ਨਾਲ ਹੋਸਪਿਟਲ, ਸਕੂਲ, ਸਰਾਵਾਂ, 2 ਗੁਰਦੁਆਰਿਆਂ ਦੀ ਇਸ ਵੇਲੇ ਕਾਰ ਸੇਵਾ ਚੱਲ ਰਹੀ ਹੈ। ਦਾਸ ਗਰੀਬ ਨੂੰ ਮਹਾਂਪੁਰਸ਼ਾਂ ਨੇ, ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਨੇ, ਬੀਬੀ ਕੋਲਾ ਜੀ ਚੈਰੀਟੇਬਲ ਹੋਸਪਿਟਲ ਅੰਮ੍ਰਿਤਸਰ ਏ, ਉੱਥੋਂ ਦੀ ਸੇਵਾ ਬਖਸ਼ੀ ਹੋਈ ਹੈ। ਉੱਥੇ ਤਕਰੀਬਨ ਮੈਨੂੰ ਦੁਪਹਿਰੀ ਬਾਹਰ ਸਿੰਘ ਪੁੱਛ ਰਹੇ ਸਨ, 1000 ਦੇ ਕਰੀਬ ਮਰੀਜ਼ ਰੋਜ਼ ਲਾਭ ਲੈ ਰਿਹਾ। 5 ਰੁਪਏ ਦੀ ਪਰਚੀ ਹੈ, 2 ਦਿਨ ਦੀ ਦਵਾਈ ਫਰੀ ਦਿੱਤੀ ਜਾਂਦੀ ਹੈ, ਅਲਟਰਾਸਾਊਂਡ, ਐਕਸਰੇ, ਡੈਂਟਲ ਲੈਬ, ਸਾਰੀਆਂ ਫੈਸਿਲਿਟੀਆਂ ਨੇ। ਅੰਦਰ ਜਿਹੜਾ ਮਰੀਜ਼ ਆਉਂਦਾ ਉਹਨੂੰ ਚਾਹ ਵੀ ਪਿਆਈ ਜਾਂਦੀ ਹੈ ਨਾਲ ਫਰੀ। ਅਤੇ ਮੈਨੂੰ ਕਈ ਸੰਗਤਾਂ ਪੁੱਛਦੀਆਂ ਵੀ ਤੁਸੀਂ ਇਹ ਸੇਵਾ ਕਰਦੇ ਕਿਵੇਂ ਹੋ, ਵੀ 5 ਰੁਪਏ ਦਾ ਤਾਂ ਚਾਹ ਦਾ ਕਾਪੀ ਆ ਜਾਂਦਾ, ਤੁਸੀਂ ਚਾਹ ਵੀ ਪਿਆਉਂਦੇ ਹੋ, ਜਿਹੜਾ ਡਾਕਟਰ ਬਾਹਰ 100-200 ਫੀਸ ਲੈਂਦਾ ਉਹ ਪੈਸਾ ਵੀ ਕੋਈ ਨਹੀਂ ਲੈਂਦਾ, ਦਵਾਈਆਂ ਵੀ ਫਰੀ ਦਿੰਦੇ ਹੋ। ਅਤੇ ਮੈਂ ਇੱਕੋ ਗੱਲ ਕਹਿੰਦਾ ਹੁੰਦਾ, ਅਸੀਂ ਨਹੀਂ ਚਲਾ ਰਹੇ, ਸੰਗਤ ਚਲਾ ਰਹੀ ਹੈ। ਆਖੋ ਵਾਹਿ ਸੰਗਤ ਕਾਮ ਦਿਨ ਹੁੰਦੀ ਹੈ। ਆਹ ਜਿਹੜਾ ਕਿਨਕਾ ਕਿਨਕਾ ਕੀਰਤਨ ਭੇਟ ਮਾਇਆ ਜਾਂ ਦਸਮੰਤ ਤੁਸੀਂ ਦਿੰਦੇ ਹੋ, ਇਹਨਾਂ ਨਾਲ ਇਹ ਸੰਗਤ ਦੀ ਕਿਰਪਾ ਨਾਲ ਸਾਰੇ ਕੰਮ ਹੋ ਰਹੇ ਆ। ਆ ਬਾਬਾ ਜੀ ਨੂੰ ਵੀ ਪੁੱਛਿਆ ਸੀਗਾ, ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਇੰਦਰਾ ਗਾਂਧੀ ਨੇ ਪੁੱਛਿਆ ਸੀ, ਇਹ ਨਾਨਕ ਮਤੇ ਦੀ ਗੱਲ ਹੈ ਜੀ, ਇਹ ਨਾਨਕ ਮਤੇ, ਇੰਦਰਾ ਗਾਂਧੀ ਨੇ ਪੁੱਛਿਆ ਸੀ ਮਹਾਂਪੁਰਖਾਂ ਨੂੰ ਵੀ ਤੁਸੀਂ ਕੋਈ ਨੋਟ ਛਾਪਣ ਵਾਲੀ ਮਸ਼ੀਨ ਲਾਈ ਹੋਈ ਹੈ? ਉਹ ਕਹਿੰਦੇ ਕਿਉਂ ਬੀਬੀ, ਕੀ ਗੱਲ ਹੋ ਗਈ? ਕਹਿੰਦੀ ਐਡੇ ਐਡੇ ਵੱਡੇ ਕੰਮ, ਕਰੋੜਾਂ ਦੇ, ਅਰਬਾਂ ਦੇ, ਇਹ ਤੁਸੀਂ ਕਿਵੇਂ ਕਰ ਲੈਂਦੇ ਹੋ? ਅਤੇ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਹੱਸ ਪਏ, ਕਹਿੰਦੀ ਸਿੱਖਾਂ ਨੇ ਮਸ਼ੀਨ ਲਾਈ ਹੈ ਕੋਈ ਨੋਟ ਛਾਪਣ ਵਾਲੀ, ਇਹ ਕੰਮ ਕਿਵੇਂ ਹੋ ਜਾਂਦੇ ਆ? ਅਤੇ ਬਾਬਾ ਹਰਬੰਸ ਸਿੰਘ ਜੀ ਕਹਿੰਦੇ ਹਾਂ ਬੀਬੀ ਲਾਈ ਹੋਈ ਹੈ। ਕਹਿੰਦੀ ਕਿਹੜੀ, ਦਿਖਾਓ ਮੈਨੂੰ, ਉਹ ਸੱਚੀ ਸਮਝ ਕੋਈ ਸ਼ਾਇਦ ਸੱਚੀ ਲਾਈ ਹੋਈ। ਅਤੇ ਮਹਾਂਪੁਰਖਾਂ ਨੇ ਫਿਰ ਉਹ ਟੋਕਰੀ ਦਿਖਾਈ ਕਾਰ ਸੇਵਾ ਵਾਲੀ, ਆਖੋ ਆਏ ਵੀ ਕਾਰ ਸੇਵਾ ਵਾਲੀ ਟੋਕਰੀ ਲਾਉਂਦੇ ਨੇ ਨਾ ਮਹਾਂਪੁਰਖ, ਕਹਿੰਦੇ ਬੀਬੀ ਆਹ ਸਾਡੀ ਨੋਟ ਛਾਪਣ ਵਾਲੀ ਮਸ਼ੀਨ ਏ, ਸੇਵਾ ਲੱਖਾਂ ਦੀ ਹੋਵੇ, ਕਰੋੜਾਂ ਦੀ, ਅਰਬਾਂ ਦੀ, ਸੰਗਤ ਨੂੰ ਆਵਾਜ਼ ਦੇਈਦੀ ਏ, ਸੰਗਤ ਉਹਦੇ 'ਚ ਨਾ ਬਰਕਤਾਂ ਪਾ ਜਾਂਦੀ ਏ, ਆਖੋ ਵਾਹਿ ਕੋਈ ਕੰਮ ਨਹੀਂ ਜੇ ਰੁਕਦਾ। ਇਸ ਕਰਕੇ ਭਾਵੇਂ ਰੁਪਈਆ ਦਿਓ, ਭਾਵੇਂ 10, 100, 50, 100, ਇਹ ਜਿੰਨੀ ਮਾਇਆ ਵੀ ਦਿੰਦੇ ਉਹਦੇ 'ਚ ਬਰਕਤ ਪਾ ਦਿਆ ਕਰੋ, ਸੀਸ ਦੇ ਦਿਆ ਕਰੋ ਕਿ ਸਾਰੇ ਕਾਰਜ ਸੇਵਾ ਦੇ ਜਿਹੜੇ ਰੰਭੇ ਹੋਏ ਨੇ
ਇਹ ਸਤਿਗੁਰ ਇਸੇ ਤਰ੍ਹਾਂ ਤੁਹਾਡੀਆਂ ਸੀਸਾਂ ਦੇ ਸਦਕੇ ਕਾਰਜ ਸਾਰੇ ਚੱਲਦੇ ਰਹਿਣ। ਆਓ ਹੁਣ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ, ਕੋਈ ਰਸਨਾ ਖਾਲੀ ਨਾ ਰਵੇ। ਸਾਰੇ ਕਿਰਪਾ ਕਰਿਓ ਜੀ। ਸ਼ੁਭ ਕਰ ਮਨ ਤੇ ਕਬਹੂ ਨਾ ਟਰੋ, ਸ਼ੁਭ ਕਰ ਮਨ ਇਸ ਸਥਾਨ ਦੀ ਪ੍ਰਬੰਧਕ ਕਮੇਟੀ ਦਾ, ਸਾਰੇ ਪ੍ਰਬੰਧਕਾਂ ਦਾ, ਪ੍ਰਧਾਨ ਸਾਹਿਬ, ਸਾਰੀਆਂ ਉਹਨਾਂ ਦੀਆਂ ਮਾਵਾਂ ਦਾ ਤਹਿ ਦਿਲੋਂ ਦਾਸ ਧੰਨਵਾਦੀ ਏ ਜੋ ਇੰਨਾ ਮਾਣ ਸਤਿਕਾਰ ਪਿਆਰ ਬਖਸ਼ਿਆ ਹੈ। ਸਾਡੇ ਭਾਈ ਜਸਪ੍ਰੀਤ ਸਿੰਘ ਜੀ, ਗੁਰਮੁਖ ਪਿਆਰੇ ਭਾਈ ਮਨਜੀਤ ਸਿੰਘ ਜੀ, ਸਾਰਾ ਪਰਿਵਾਰ, ਸਾਰਾ ਇਹਨਾਂ ਦਾ ਜੱਥਾ ਜਿਹੜੇ ਡਟ ਕੇ ਦਿਨ ਰਾਤ ਸੇਵਾ ਪ੍ਰਚਾਰ ਕਰਦੇ ਨੇ, ਉਹਨਾਂ ਦਾ ਵੀ ਦਾਸ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਵਿਚੋਲੇ ਬਣ ਕੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਾਏ ਆ। ਹੁਣ ਇਸ ਵੇਲੇ ਫਤਿਹ ਬੁਲਾਉਂਦੇ ਹਾਂ। ਦਾਸਾਂ ਤੋਂ ਬਾਅਦ ਆਪ ਜੀ ਬੜੇ ਪਿਆਰ ਦੇ ਨਾਲ ਭਾਈ ਬਲਵਿੰਦਰ ਸਿੰਘ ਜੀ ਹੋਰਾਂ ਕੋਲੋਂ ਕਥਾ ਵਿਚਾਰਾਂ ਮਹਿੰਗੇ ਬਚਨ ਨੇ ਉਹ ਸਰਵਣ ਕਰਿਓ। ਫਤਿਹ ਬੁਲਾਓ, ਫਤਿਹ 'ਚ ਸੀਸ ਦੇਣਾ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਅਖੀਰਲੇ ਸਵਾਸਾਂ ਤੱਕ ਨਿਸ਼ਕਾਮਤਾ ਨਾਲ ਸੇਵਾ ਲੈਂਦੇ ਰਹਿਣ। ਗੱਜ ਕੇ ਸੀਸਾਂ ਵਾ ਭਰੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।